ਮਗਰ ਕੋਈ ਇਕੱਠ ਵੱਠ ਕਰਦਾ ਉਹ ਵੀ ਨਾ ਬਖਸ਼ੋ, ਉਹ ਵੀ ਚੱਕ ਲਓ ਸਾਰੇ। ਹੁਣ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ, ਤੁਹਾਡੇ 'ਤੇ ਖੜ ਗਈ ਗੱਲ ਆ ਕੇ। ਤੁਸੀਂ ਕੀ ਸੋਚਦੇ ਹੋ ਜੇ ਇੰਨਾ ਜਬਰ ਹੋਣ ਤੋਂ ਬਾਅਦ ਵੀ ਯਾਰ ਆਪਾਂ ਜੇ ਘਰਾਂ 'ਚ ਹਲੇ ਵੀ ਚੁੱਪ ਕਰਕੇ ਐਂ ਬੈਠੇ ਰਹੇ, ਨਾ ਵਿਰੋਧ ਕੀਤਾ ਉੱਠ ਕੇ, ਨਾ ਕੁਛ ਬੋਲੇ, ਤਾਂ ਫਿਰ ਸਮਝ ਲਓ ਕਹਾਣੀ ਸਭ ਦੀ ਖਤਮ ਹੈ ਅਤੇ ਬਾਰੀ ਸਭ ਦੀ ਆ ਜਾਣੀ। ਲੋਕ ਤਾਂ ਬੋਲੇ ਆ, ਲੋਕ ਤਾਂ ਆਏ ਆ, ਪਰ ਸਰਕਾਰ ਲੋਕਾਂ ਦੀ ਪਰਵਾਹ ਨਹੀਂ ਕਰ ਰਹੀ, ਇਹ ਗੱਲ ਦੇਖੋ। ਨਹੀਂ ਹਾਲੇ ਉਵੇਂ ਨਹੀਂ, ਘਰ ਘਰ 'ਚੋਂ ਬੰਦਾ ਨਿਕਲੇ, ਪੂਰੇ ਪੰਜਾਬ ਸਾਰੇ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦਾ ਇਕੱਠ ਹੋਵੇ, ਸਾਰੇ ਜ਼ਿਲ੍ਹਿਆਂ 'ਚ ਲੋਕ ਸੜਕਾਂ 'ਤੇ ਹੋਣ, ਫਿਰ ਗੱਲ ਬਣਨੀ ਆ। ਪਰ ਮੈਂ ਵਾਰ ਵਾਰ ਕਹਿਣਾ, ਸਰਕਾਰ ਦਾ ਪੂਰਾ ਅੱਡੀ ਚੋਟੀ ਦਾ ਜ਼ੋਰ ਇਹ ਲੱਗਿਆ ਵੀ ਕਿਸੇ ਤਰੀਕੇ ਨਾਲ ਇਸ ਮਸਲੇ ਨੂੰ ਭੜਕਾਹਟ 'ਚ ਲਿਆ ਕੇ ਨੌਜਵਾਨੀ ਤੋਂ ਗਲਤ ਕੰਮ ਕਰਾ ਕੇ ਅਤੇ ਲੀਹੋਂ ਲੱਗ ਗਏ ਗੱਲ ਨੂੰ। ਮੈਂ ਵਾਰ ਵਾਰ ਅਪੀਲ ਕਰਦਾ ਵੀ ਜਾਬਤੇ 'ਚ ਰਹਿ ਕੇ, ਸ਼ਾਂਤੀ 'ਚ ਰਹਿ ਕੇ ਆਪਾਂ ਸੰਘਰਸ਼ ਕਰਨਾ, ਸ਼ਾਂਤਮਈ ਤਰੀਕੇ ਨਾਲ ਆਪਾਂ ਦਿੱਲੀ ਜਿੱਤ ਕੇ ਅਸੀਂ ਆਪਾਂ ਹੁਣ ਵੀ ਜਿੱਤਣਾ, ਕੋਈ ਗੱਲ ਨਹੀਂ। ਇਹ ਕੁੱਟਦੇ ਆ, ਮਾਰਦੇ ਆ, ਡਾਂਗਾ ਮਾਰਦੇ ਆ, ਸਿਰ ਪਾੜਦੇ ਪਾੜ ਲੈਣ ਦੇ, ਜ਼ਿਲ੍ਹਾ ਸਿੱਟਦੇ ਸਿੱਟ ਲੈਣ ਦੇ, ਪਰਵਾਹ ਨਹੀਂ ਕਰਨੀ। ਪਰ ਕੋਈ ਵੀ ਕਾਰਵਾਈ, ਮੈਂ ਤੁਹਾਨੂੰ ਬੇਨਤੀ ਕਰਦਾ, ਪੰਜਾਬ ਨੇ ਪਹਿਲਾਂ ਬਹੁਤ ਸੰਤਾਪ ਹੰਢਾਇਆ, ਬੜਾ ਨੁਕਸਾਨ ਝੱਲਿਆ ਪੰਜਾਬ ਨੇ, ਜਵਾਨੀ ਮਸਾਂ ਮਾੜੀ ਜੀ ਪੁੰਗਰੀ ਹੈ, ਮਸਾਂ ਮਾੜੀ ਜੀ ਗੱਲ ਤੁਰੀ ਆ ਅੱਗੇ, ਮਸਾਂ ਪੰਜਾਬ ਦੀ ਜਵਾਨੀ ਜਾਗੀ ਵੀ ਅੰਦੋਲਨ ਤੋਂ ਬਾਅਦ, ਕਿਸਾਨੀ ਤੋਂ ਬਾਅਦ, ਇਹ ਦੁਬਾਰਾ ਫਿਰ ਕੁਚਲ ਦੇਣਾ ਚਾਹੁੰਦੇ, ਦੱਬ ਦੇਣਾ ਚਾਹੁੰਦੇ ਆ, ਇਸੇ ਕਰਕੇ ਇਹ ਸਾਰਾ ਜਿਹੜਾ ਮਾਹੌਲ ਬਣ ਰਿਹਾ। ਇਹ ਤਾਂ ਲੱਖੇ ਕਿੱਥੇ ਵੀ ਗੱਲ ਆ, ਜਿਵੇਂ ਪਰਚੇ 'ਤੇ ਪਰਚਾ ਲਗਾਤਾਰ ਜੇਲ੍ਹ, ਹਾਲੇ ਜ਼ਮਾਨਤ ਵਾਲੇ ਪਾਸੇ ਤਾਂ ਗੱਲ ਜਾਂਦੀ ਨਹੀਂ, ਉਦੋਂ ਨੂੰ ਪਹਿਲਾਂ ਇੱਕ ਹੋਰ ਪਰਚਾ ਦਿੱਤਾ। ਐਂ ਕਈ ਵਾਰ ਬੰਦੇ ਟੁੱਟ ਜਾਂਦੇ ਹੁੰਦੇ, ਕਈ ਵਾਰ ਜਿਹੜਾ ਸਿਸਟਮ ਹੁੰਦਾ, ਪ੍ਰਬੰਧ ਹੁੰਦਾ, ਜਿਹਨੂੰ ਸੁਧਾਰ ਘਰ ਵੀ ਕਹਿੰਦੇ ਆ ਜਾਂ CI ਕਹਿੰਦੇ ਆ, ਇਹ ਇਨਕਲਾਬੀਆਂ ਜਾਂ ਬੋਲਣ ਵਾਲਿਆਂ ਨੂੰ ਤੋੜਨ ਲਈ ਹੁੰਦਾ, ਨਾ ਕਿ ਜਿਹੜੇ ਕ੍ਰਿਮੀਨਲ ਉਹਨਾਂ ਨੂੰ ਤੋੜਨ ਲਈ। ਲੱਗਦਾ ਵੀ ਟੁੱਟ ਜਾਂਦਾ, ਬਿਲਕੁਲ ਇਹ ਤੋੜਨ ਲਈ ਹੈ, ਪਰ ਮੈਨੂੰ ਮਾਣ ਹੈ ਮੇਰੇ ਭਰਾ 'ਤੇ ਛੋਟੇ 'ਤੇ ਕਿ ਟੁੱਟੂਗਾ ਨਹੀਂ, ਨਿਖਰ ਕੇ ਨਿਕਲੂਗਾ। ਮੇਰੀ ਗੱਲ ਸੁਣੋ, ਇੱਥੇ 900 ਜਾਂ 1000 ਸਾਲ ਦੇ ਕਰੀਬ ਮੁਗਲਾਂ ਦਾ ਰਾਜ ਰਹਿ ਗਿਆ, ਕੀ ਕੁਛ ਨਹੀਂ ਹੋਇਆ ਲੋਕਾਂ ਨਾਲ, ਬੱਚੇ ਤੱਕ ਮਾਰ ਦਿੱਤੇ ਗਏ, ਕੀ ਲੋਕ ਦੱਬ ਲਏ ਗਏ, ਕੀ ਲੋਕ ਬੋਲੇ ਨਹੀਂ, ਕੀ ਲੋਕ ਉੱਠੇ ਨਹੀਂ, ਉੱਠਦੇ ਨੇ, ਬੋਲਦੇ ਨੇ, ਯਾਰ ਇਹ ਤਾਂ ਕੁਛ ਵੀ ਨਹੀਂ। ਇਹ ਤਾਂ 2 ਸਾਲ ਗਏ, 3 ਸਾਲ ਆ, ਕੋਈ ਗੱਲ ਨਹੀਂ, ਆ 24 ਆ ਗਈ, ਲੋਕ ਹੁਣੀ ਦੱਸ ਦੇਣਗੇ। ਇਸੇ ਦਿਨ ਮੈਂ ਆਪਾਂ ਉਹਦੇ ਗੱਲ ਕੀਤੀ ਸੀ, ਇਹ 14 ਨੂੰ ਉੱਥੇ ਦਮਦਮਾ ਸਾਹਿਬ ਤੁਰਨ ਲੱਗਿਆਂ ਨੇ ਯਾਤਰਾ 'ਤੇ, ਕਿ ਅਸਲ ਅਸੀਂ ਇਹਨਾਂ ਦੀ ਅੱਖ 'ਚ ਇਸੇ ਕਰਕੇ ਰੜਕਦੇ ਹਾਂ ਵੀ ਅਸੀਂ ਕਰਤਾ ਐਲਾਨ ਵੀ ਅਸੀਂ ਲੜਾਂਗੇ ਭਾਈ ਚੋਣ। ਅੱਜ ਮੈਂ ਫਿਰ ਕਹਿੰਦਾ, ਅਸੀਂ ਪੂਰੇ ਪੰਜਾਬ 'ਚ ਬੰਦੇ ਖੜ੍ਹੇ ਕਰਾਂਗੇ, ਲੜਾਂਗੇ ਵੀ। ਅਤੇ ਜਿਵੇਂ ਲੋਕਾਂ ਨੇ ਜ਼ੁਲਮ ਦੀ ਜੜ ਪੱਟੀ ਹੈ ਇੱਥੋਂ, ਪਹਿਲਾਂ ਜਿਮਨੀ ਚੋਣ 'ਚ ਸੰਗਰੂਰ ਤੋਂ, ਐਂ ਜੜ ਪੂਰੇ ਪੰਜਾਬ 'ਚ ਜੇ ਪੱਟਣੀ ਹੈ ਅਤੇ ਗੱਲ ਸਾਡੇ ਪੰਜਾਬ ਦੀ ਹੋਵੇ, ਖੇਤਰੀ ਧਿਰ ਦਾ ਉੱਭਰਨਾ ਬਹੁਤ ਜ਼ਰੂਰੀ ਹੈ ਜਿਹੜੀ ਪੰਜਾਬ ਤੋਂ ਚੱਲੇ। ਜਿਵੇਂ ਤੁਸੀਂ 5 ਤਰੀਕ ਦਾ ਐਲਾਨ ਕੀਤਾ, ਕੀ ਲੱਗਦਾ ਸੁਖਾਲਿਆਂ ਸੰਗਰੂਰ ਦੇ ਵਿੱਚ ਭਗਵੰਤ ਮਾਨ ਦੇ ਘਰ ਕੋਲੇ ਜਾਣ ਦੇ ਦੇਣਗੇ ਸੁਖਾਲਿਆਂ? ਕੋਈ ਗੱਲ ਨਹੀਂ, ਡਾਂਗਾ ਮਾਰ ਲੈਣ, ਸਿਰ ਪਾ ਲੈਣ, ਜਾਵਾਂਗੇ ਲਾਜ਼ਮੀ। ਜੋ ਵੀ ਰਣਨੀਤੀ ਜਥੇਬੰਦੀਆਂ ਦੀ ਹੋਊਗੀ, ਉਹਨਾਂ ਨਾਲ ਤੈਅ ਕਰਕੇ ਹੀ ਮੀਟਿੰਗ ਕਰਕੇ ਹੀ ਅੱਗੇ ਵਿਚਾਰ ਕੇ ਪ੍ਰਮ ਦਿੱਤਾ ਇਹ, ਅੱਗੇ ਜੋ ਹੋਊ ਦੇਖੀ ਜਾਊਗਾ। ਪਰ ਮੈਂ ਵਾਰ ਵਾਰ ਬੇਨਤੀ ਕਰਦਾ ਕਿ ਸ਼ਾਂਤਮਈ ਰਹੋ, ਇਹ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ ਲਿਜਾਇਆ ਜਾਵੇ ਨੌਜਵਾਨਾਂ ਨੂੰ, ਭੜਕਾਹਟ 'ਚ ਨਾ ਆਇਓ, ਇਸੇ ਕਰਕੇ ਆਪਾਂ ਜਿੱਤਾਂਗੇ। ਕੋਈ ਨਹੀਂ ਯਾਰ, ਇਹ ਤਾਂ ਚੱਲਦਾ ਹੀ ਹੁੰਦਾ, ਇਹ ਜਿਹੜੀ ਦਮਨ ਦੀ ਨੀਤੀ ਆ ਨਾ, ਇਹ ਤਾਂ ਪਹਿਲੀਆਂ ਸਰਕਾਰਾਂ ਵੇਲੇ ਵੀ ਚੱਲੀ, ਪਰ ਉਹਨਾਂ ਨੇ ਇੰਨਾ ਨਹੀਂ ਯਾਰ ਵੀ ਤੁਸੀਂ ਕਿਸੇ ਬੰਦੇ ਨੂੰ ਇੰਨਾ ਯਾਰ ਮਜ਼ਬੂਰ, ਇੰਨਾ ਜਲੀਲ ਕਰ ਦਿਓ। ਕਮਾਲ ਹੋਈ ਪਈ ਹੈ ਯਾਰ, ਉਹਦੇ ਭਰਾ ਨੂੰ ਵੀ ਚੱਕ ਕੇ ਸਿੱਟਤਾ, ਹੁਣ ਉਹਦੇ ਭਰਾ ਦਾ ਹੀ ਕਸੂਰ ਆ ਵੀ, ਉਹਦਾ ਭਰਾ ਤਾਂ ਕਿਤੇ ਭਾਂਡੇ ਨਾਲ ਕਿਸੇ ਵੀਡੀਓ 'ਚ ਵੀ ਨਜ਼ਰ ਨਹੀਂ ਆਇਆ ਹੋਣਾ, ਕਿਸੇ ਏਜੰਟ ਨੂੰ ਫੋਨ ਵੀ ਨਹੀਂ ਕੀਤਾ ਹੋਣਾ, ਜਦੋਂ ਭਾਂਡਾ ਨਾਲ ਪੈਸੇ ਲੋਕਾਂ ਦੇ ਕਢਾਉਣ ਖਾਤਰ ਫੋਨ ਕਰਦਾ ਸੀ, ਤਾਂ ਉਹਦੇ ਪਰਚੇ ਹੋਈ ਜਾਂਦੇ ਨੇ, ਪਰ ਉਹ ਵੀ ਚੱਕ ਕੇ ਰਗੜਤਾ। ਕੱਲ੍ਹ ਨੂੰ ਦੀਆਂ ਭੈਣਾਂ ਨੇ ਉੱਤੇ ਪਰਚਾ ਦੇ ਦੇਣਗੇ, ਦੇਣਗੇ, ਤੂੰ ਦੇਖ ਲਿਓ। ਜੇ ਤੁਸੀਂ ਭੈਣਾਂ ਦੀ ਗੱਲ ਕਰੀ ਆ, ਤੁਸੀਂ ਆਖਿਆ ਕਿ ਮੇਰਾ, ਜਿਵੇਂ ਸਿੱਧੂ ਨੇ ਸਵਾਲ ਕੀਤਾ ਸੀ ਕਿ ਤੋੜਨ ਦੇ ਲਈ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ, ਠੀਕ ਆ, ਇੱਕ ਗੱਲ ਮੰਨ ਲਈ ਕਿ ਭਾਨਾ ਸਿੱਧੂ ਨਹੀਂ ਟੁੱਟੂਗਾ, ਜਿਵੇਂ ਤੁਸੀਂ ਗੱਲ ਕੀਤੀ, ਇਹ ਵੀ ਮੰਨ ਲਈਏ ਕਿ ਅਮਨਾ ਨਹੀਂ ਟੁੱਟੂਗਾ, ਪਰ ਪਿੱਛੇ ਪਰਿਵਾਰ ਵੀ ਆ, ਭੈਣਾਂ ਵੀ ਨੇ, ਜਿਵੇਂ ਪਿਛਲੇ ਦਿਨੀ ਦਾਦੀ ਦੀ ਵੀ ਵੀਡੀਓ ਜਿਹੜੀ ਆ, ਉਹਨਾਂ ਦੇ ਫਾਦਰ ਸਾਹਿਬ ਦੀ ਵੀਡੀਓ, ਇੱਕ ਭਾਵਕ ਵੀਡੀਓ ਜਿਹੜੀ ਆ ਸਾਹਮਣੇ ਆਉਂਦੀ ਆ, ਕੀ ਲੱਗਦਾ ਕਿ ਪਰਿਵਾਰ ਨੂੰ ਦੇਖ ਕੇ ਕਈ ਵਾਰ ਪਿੱਛੇ ਹਟਣਾ ਪੈ ਸਕਦਾ ਆ? ਤੁਸੀਂ ਇਹ ਦੇਖੋ, ਭੈਣ ਆ ਉਹਦੀ, ਉਹ ਪਈ ਆ, ਬਲੱਡ ਘਟਿਆ ਪਿਆ, ਟੀਕੇ ਲੱਗੀ ਜਾਂਦੇ ਆ, ਰੋਟੀ ਨਹੀਂ ਖਾਧੀ,
ਉਹ ਕਹਿੰਦੀ ਇੱਕ ਵਾਰੀ ਮੈਨੂੰ ਭਾਂਦੇ ਨਾਲ ਮਿਲਾ ਦਿਓ। ਸੋ ਇਹ ਪਿਆਰ ਤਾਂ ਬਾਈ ਮੁਹੱਬਤ ਤਾਂ ਪਰਿਵਾਰ ਦੀ ਭੈਣਾਂ ਭਰਾਵਾਂ ਦੀ ਹੁੰਦੀ ਆ, ਪਰ ਯਾਰ ਹੈਰਾਨੀ ਹੋ ਗਈ ਵੀ ਹੈਰਾਨੀ ਵਾਲੀ ਗੱਲ ਦੇਖੋ, ਭਾਨਾ ਕੋਈ ਬਲਾਤਕਾਰੀ ਨਹੀਂ, ਕੋਈ ਸਮਗਲਰ ਨਹੀਂ, ਕੋਈ ਡਾਕੂ ਨਹੀਂ, ਕੋਈ ਚੋਰ ਨਹੀਂ, ਲੁਟੇਰਾ ਨਹੀਂ, ਕੋਈ ਬਲਾਤਕਾਰ ਨਹੀਂ ਕੀਤਾ, ਕੋਈ ਨਸ਼ੇ ਨਹੀਂ ਵੇਚਦਾ, ਉਹਦੇ ਨਾਲ ਇੰਨਾ ਤੁਸੀਂ ਜ਼ੁਲਮ ਢਾ ਰਹੇ ਹੋ ਅਤੇ ਮਗਰ ਪਰਿਵਾਰਾਂ ਦੇ ਹਾਲ ਦੇਖ ਲਓ ਯਾਰ। ਆਪ ਭਗਵੰਤ ਕਹਿੰਦਾ ਰਿਹਾ ਕਿ ਇਹ ਬਦਲਾਖੋਰੀ ਦੀ ਨੀਤੀ ਕਰਦੇ ਆ ਜੀ, ਬਦਲਾਖੋਰੀ 'ਚ ਪਰਚੇ ਦਿੰਦੇ ਨੇ, ਤੂੰ ਤਾਂ ਸਭ ਨੂੰ ਛੱਡ ਗਿਆ ਪਿੱਛੇ ਯਾਰ, ਇੰਨੀ ਬਦਲਾਖੋਰੀ ਹੁੰਦੀ ਹੈ, ਬੋਲਦੇ ਕਿਹਦੇ ਨਹੀਂ ਖਿਲਾਫ ਲੋਕ, ਤੂੰ ਕਿਹਦੇ ਖਿਲਾਫ ਨਹੀਂ ਬੋਲਿਆ, ਤੂੰ ਕੈਪਟਨ ਦੇ ਖਿਲਾਫ ਨਹੀਂ ਬੋਲਿਆ ਕਿ ਬਾਦਲਾਂ ਖਿਲਾਫ ਨਹੀਂ ਬੋਲਿਆ, ਲੋਕ ਅੱਜ ਤੇਰੇ ਖਿਲਾਫ਼ ਬੋਲਦੇ, ਸਰਕਾਰ ਨੂੰ ਸਵਾਲ ਤਾਂ ਹੋਣਗੇ ਯਾਰ, ਸਾਡੇ ਸਵਾਲ ਹੀ ਨਹੀਂ ਨਾ, ਅਸੀਂ ਕੋਈ ਡਾਂਗ ਥੋੜ੍ਹੀ ਮਾਰੀ ਹੈ ਜਾਂ ਉਹਦੇ ਖਾਲ ਪਾਏ ਹਾਂ, ਅਸੀਂ ਵੱਟ ਪਾਏ ਹਾਂ, ਸਾਡੇ ਸਵਾਲਾਂ ਵਿੱਚ ਚਿੱਟਾ ਕਿਉਂ ਨਹੀਂ ਰੁਕਦਾ ਭਾਈ, ਬੇਫਜ਼ੂਲ ਤੁਸੀਂ ਪੈਸਾ ਪੰਜਾਬ ਦਾ ਪਾਣੀ ਨੂੰ ਵਹਾ ਰਹੇ, ਇਹ ਕਿਉਂ ਹੈ, ਪ੍ਰਵਾਸ ਹੋ ਰਿਹਾ ਜਵਾਨੀ ਦਾ, ਇਹ ਰੋਕਿਆ ਜਾਵੇ, ਬੇਰੁਜ਼ਗਾਰੀ ਘਟਾਈ ਜਾਵੇ, ਕਿੰਨੇ ਮਸਲੇ ਨੇ ਪੰਜਾਬ ਦੇ, ਪਾਣੀ ਸੁੱਕ ਚੱਲੇ, ਦਰਿਆਵਾਂ ਦੇ ਪਲੀਤ ਹੋ ਚੱਲੇ, ਇਹ ਸਾਰੇ ਉਹ ਮਸਲੇ ਨੇ ਜਿਹੜੇ ਬੋਲੀ ਮਾਰੀ ਜਾ ਰਹੀ ਹੈ ਸਕੂਲਾਂ 'ਚ, ਕੋਈ ਫੜਿਆ ਗਿਆ, ਤਸਕਰ ਫੜੇ ਜਾਂਦੇ ਆ, ਜਾਂ ਕੋਈ ਹੋਰ, ਤੁਸੀਂ ਦੇਖੋ ਕਿੰਨੀਆਂ ਦਰਖਾਸਤਾਂ ਨੇ ਏਜੰਟਾਂ ਦੇ ਖਿਲਾਫ਼, ਕਿੱਡੀਆਂ ਵੱਡੀਆਂ, 14,000 ਕਰੋੜ ਰੁਪਈਏ ਦੀ ਠੱਗੀ ਆ ਪੰਜਾਬ 'ਚ, ਕਿੰਨੇ ਕੁ ਏਜੰਟ ਜੇਲ੍ਹਾਂ 'ਚ ਬੈਠੇ ਆ, ਕਿਸੇ ਕੋਲ ਲਾਇਸੈਂਸ ਨਹੀਂ, ਬਿਨਾਂ ਲਾਇਸੈਂਸ ਤੋਂ ਕਿੰਨੇ ਥਾਂ ਥਾਂ 'ਤੇ ਦੁਕਾਨਾਂ ਖੋਲ੍ਹ ਕੇ, ਮੈਂ ਨਹੀਂ ਕਹਿੰਦਾ ਸਾਰੇ ਇੱਕੋ ਜਿਹਾ, ਸਾਰੇ ਠੱਗ ਆ, ਵੀ ਚੰਗੇ ਵੀ ਹੋਣਗੇ, ਚੰਗਾ ਕੰਮ ਵੀ ਕਰਦੇ ਹੋਣਗੇ, ਪਰ ਠੱਗ ਵੱਡੇ ਪੱਧਰ 'ਤੇ ਆ, ਉਹ ਬੈਠੇ ਆ, ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਹੋ ਰਹੀ ਹੈ, ਲੋਕ ਕਿੰਨੀਆਂ ਦਰਖਾਸਤਾਂ ਲੈ ਕੇ ਥਾਣਿਆਂ 'ਚ ਜਾਂਦੇ ਆ, ਮੰਤਰੀਆਂ ਕੋਲ, MLA ਕੋਲ ਪਿੱਟਦੇ ਆ ਵੀ ਸਾਡਾ ਇੰਨੀ ਠੱਗੀ ਵੱਜ ਗਈ, ਅਸੀਂ ਤਾਂ ਜ਼ਮੀਨ ਵੀ ਵੇਚਤੀ, ਘਰ ਵੀ ਵਿਕ ਗਿਆ, ਬਿਲਕਦੇ ਆ ਲੋਕ, ਉਹੀ ਭਾਨੇ ਕੋਲ ਬਿਲਕਦੇ ਸੀ, ਭਾਨੇ ਨੂੰ ਦਰਦ ਸਮਝਿਆ, ਸੁਣੀ ਗੱਲ ਤਾਂ ਉਹਨਾਂ ਨੂੰ ਪੈਸੇ ਯਾਰ ਕਢਾਏ ਆ ਭਾਨੇ ਨੇ ਕਿੰਨੇ ਰੁਪਈਏ, ਅਤੇ ਅੱਜ ਉਹ ਭਾਨਾ ਅੰਦਰ ਹੈ ਅਤੇ ਏਜੰਟ, ਉਹੀ ਏਜੰਟ ਦਰਖਾਸਤਾਂ ਦੇ ਕੇ, ਆਹ ਏਜੰਟ ਤਾਂ ਇੱਕ ਮੋਹਰਾ ਨੇ, ਅਸਲ ਤਾਂ ਪਿੱਛੇ ਸਾਰੀ ਕਹਾਣੀ ਜਿਹੜੀ ਉਹ ਭਗਵੰਤ ਦੀ ਖੜੀ ਆ, ਭਗਵੰਤ ਚਾਹੁੰਦਾ ਵੀ ਮੈਂ ਕੋਈ ਵੀ ਬੰਦਾ ਮਸਲ ਕੇ ਰੱਖ ਦੇਣੇ ਆ ਸਾਰੇ, ਕੋਈ ਬੰਦਾ ਚਾਹੇ ਉਹ ਖੈਰੇ ਵਰਗਾ ਹੋਵੇ, ਚਾਹੇ ਲੱਖੇ ਵਰਗਾ, ਚਾਹੇ ਭਾਨੇ ਵਰਗਾ, ਚਾਹੇ ਕੋਈ ਹੋਰ ਹੈ, ਮੈਂ ਆਵਾਜ਼ ਨਹੀਂ ਬੁਲੰਦ ਕਰਨ ਦੇਣੀ, ਮੈਂ ਰਗੜ ਦੇਣੀ ਆ ਡੰਡੇ ਦੇ ਜ਼ੋਰ ਦੇ ਉੱਤੇ, ਪੁਲਿਸ ਦੀ ਬਲ ਦੇ ਨਾਲ ਮੈਂ ਇਹ ਰਾਜ ਕਰਨਾ। ਪਰ ਤੁਸੀਂ ਇਹਦੇ ਵਿੱਚ ਕਹਿੰਦੇ ਹੋ ਵੀ ਮੈਂ, ਅਸੀਂ ਨਾਲ ਖੜੇ ਹਾਂ, ਪਰ ਤੁਹਾਨੂੰ ਲੱਗਦਾ ਵੀ ਜਿਵੇਂ ਅੱਜ ਦਾ ਇਕੱਠ ਸੀ, ਬਹੁਤ ਗੱਲਾਂ ਆਈਆਂ ਵੀ ਚੀਕ ਪਵਾਤੀ ਸਰਕਾਰ ਦੀ, ਪਰ ਚੌਥਾ ਪਰਚਾ ਭਾਨੇ ਦੇ ਉੱਤੇ 5 ਤਰੀਕ ਨੂੰ ਲੋਕ ਆਉਣਗੇ, ਜਾਂ ਹੁਣ ਇਹ ਭੈ ਕਰਨ ਖਾਣਗੇ ਲੋਕ ਵੀ ਕਿਤੇ ਸਾਡੇ 'ਤੇ ਨਾ ਹੋ ਜਾਵੇ? ਚਲੋ ਫਿਰ ਜੇ ਭੈ ਖਾ ਕੇ ਘਰਾਂ 'ਚ ਬਹਿਣਾ ਠੀਕ ਹੈ, ਫਿਰ ਪਹਿਲਾਂ ਚੱਕ ਕੇ ਕਿਸੇ ਨੂੰ ਡਿਬਰੂਗੜ੍ਹ ਸਿੱਟਤਾ, ਕਿਤੇ UAP NSA ਲਾਤਾ, ਅੱਜ ਭਾਨਾ ਸਿੱਟ ਲਿਆ, ਕੱਲ੍ਹ ਨੂੰ ਮੇਰੀ ਵਾਰੀ ਆ, ਪਰਸੋਂ ਤੁਹਾਡੀ ਵਾਰੀ ਆ, ਠੀਕ ਹੈ ਨਾ ਆਇਓ, ਇਹ ਤਾਂ ਉੱਠਣਾ ਹੀ ਪੈਣਾ ਹੈ। ਦਹਿਸ਼ਤ ਦਾ ਜਿਹੜਾ ਚੱਕਰ ਵਿਊ ਚਲਾਇਆ ਗਿਆ, ਡਰ ਪਾ ਬਿਠਾਇਆ ਜਾ ਰਿਹਾ, ਤੁਸੀਂ ਦੇਖੋ ਰਾਤ ਕਈ ਮੁੰਡਿਆਂ ਨੂੰ ਇੱਥੇ ਫੋਨ ਕੀਤੇ ਆ ਸੱਚੋ ਨੇ, ਜਿਹੜੇ ਵੱਖ ਵੱਖ ਜ਼ਿਲ੍ਹਿਆਂ 'ਚੋਂ ਆਏ ਆ, ਉਹਨਾਂ ਨੂੰ ਤੁਸੀਂ ਜਾਣਾ ਨਹੀਂ ਉੱਥੇ, ਪਰ ਮੈਂ ਕਹਿੰਦਾ ਧੰਨਵਾਦ ਉਹਨਾਂ ਦਾ ਯਾਰ, ਇੰਨੀ ਠੰਡ ਟਿਕੇ ਬੈਠੇ ਰਹੇ ਲੋਕ, ਕਿੱਡੀ ਕਿੱਡੀ ਦੂਰੋਂ ਚੱਲ ਕੇ ਆਏ ਆ, ਬਹੁਤ ਵੱਡਾ ਸਾਥ ਦਿੱਤਾ, ਮੈਂ ਕਹਿੰਦਾ 5 ਨੂੰ ਇੱਦੂ ਵੱਡਾ ਹੋਣਾ ਚਾਹੀਦਾ, ਅਤੇ ਮੈਂ ਵਾਰ ਵਾਰ ਕਹਿੰਦਾ ਸਾਡੇ ਕੋਈ ਆ ਕੇ ਚਾਹੇ ਪੁਲਿਸ ਨੂੰ ਡਾਂਗਾਂ ਨਾਲ ਕੁੱਟਦੀ ਹੈ, ਜੇਲ੍ਹਾਂ ਚੱਕ ਸਿੱਟਦੀ ਹੈ, ਪਰਚੇ ਦਿੰਦੀ ਹੈ, ਸ਼ਾਂਤਮਈ ਤਰੀਕੇ 'ਚ ਆਉਣਾ, ਕਿਸੇ ਨਾਲ ਉਲਝਣਾ ਨਹੀਂ, ਅਤੇ ਉਹ ਉਲਝਾ ਦੇ ਚੱਕਰ ਦੇ ਵਿੱਚ ਤੁਸੀਂ ਕੱਲ੍ਹ ਨੂੰ ਫਸੋ, ਅਤੇ ਫਿਰ ਤੁਸੀਂ ਸਾਡੇ ਸਿਰ ਇਲਜ਼ਾਮ ਆ ਜਾਣਾ, ਲੱਖੇ ਵਰਗਿਆਂ ਨੇ, ਫਲਾਣੇ ਵਰਗਿਆਂ ਨੇ, ਇੱਥੇ ਮੁੰਡੇ ਫਸਾਤੇ ਜੀ, ਮਰਵਾਤੇ ਜੀ, ਕਿਉਂਕਿ ਨੁਕਸਾਨ ਪਹਿਲਾਂ ਪੰਜਾਬ ਦਾ, ਮੈਂ ਵਾਰ ਵਾਰ ਕਹਿੰਦਾ ਹੋਇਆ, ਤਾਂ ਸ਼ਾਂਤਮਈ ਤਰੀਕੇ ਨਾਲ ਮੈਂ 5 ਨੂੰ ਇਕੱਠ 'ਚ ਆਉਣਾ। ਇੱਕ ਗੱਲ ਦੱਸਿਓ, ਤੁਹਾਡੇ 'ਤੇ ਪਰਚਾ ਹੁੰਦਾ ਮਹਿਰਾਜ ਇਕੱਠ ਰੱਖਿਆ ਜਾਂਦਾ, ਆਥਣ ਤੱਕ ਤੁਹਾਡਾ ਪਰਚੇ ਦੇ ਵਿੱਚੋਂ ਕਹਿ ਦਿੱਤਾ ਜਾਂਦਾ ਕਿ ਨਾਮ ਕੱਢ ਦਿੱਤਾ, ਤੁਹਾਡਾ ਪਰਚੇ ਨਾਲ ਕੋਈ ਲੈਣਾ ਦੇਣਾ ਨਹੀਂ, ਭਾਨੇ 'ਤੇ ਇਕੱਠ ਹੁੰਦਾ, ਭਾਨੇ 'ਤੇ ਇੱਕ ਹੋਰ ਪਰਚਾ ਦੇ ਦਿੱਤਾ ਜਾਂਦਾ, ਤੁਹਾਡੇ ਨਾਲ ਸਰਕਾਰ ਇਹ ਕਿਉਂ ਲਿਹਾਜ਼ ਰੱਖ ਜਾਂਦੀ ਹੈ? ਫਿਰ ਲਿਹਾਜ਼ ਦੀ ਗੱਲ ਨਹੀਂ ਹੁੰਦੀ, ਦਰਅਸਲ ਗੱਲਾਂ ਪਤਾ ਕਈ ਹੁੰਦੀਆਂ ਨੇ, ਜਿਵੇਂ ਹੁਣ ਆਪਣੇ ਹਾਲਾਤ ਇਹ ਬਣੇ ਹੋਏ ਨੇ, ਇਹਨੂੰ ਇਹ ਲੱਗਣ ਲੱਗ ਗਿਆ ਵੀ ਯਾਰ ਸਰਕਾਰ ਦੀ ਇੱਕ ਗੱਲੋਂ ਬਹੁਤ ਬਦਨਾਮੀ ਹੁੰਦੀ ਆ, ਵੀ ਹਰ ਬੰਦਾ ਕਹਿੰਦਾ ਯੂ ਟਰਨ ਮਾਰਦੇ ਆ, ਇਹ ਪਿੱਛੇ ਹਟ ਜਾਂਦੇ ਆ ਇਕੱਠ ਨੂੰ, ਇਹ ਕਹਿੰਦਾ ਕੈਪਟਨ ਕਿਹੜਾ ਹੱਠੀ ਸੀਗਾ, ਮੈਂ ਤਾਂ ਕੈਪਟਨ ਨੂੰ ਮਾਤ ਪਾਊਂਗਾ, ਆਪਾਂ ਸੁਣਦੇ ਨੇ ਵੀ ਕੈਪਟਨ ਕਿਸੇ ਸੁਣਦਾ ਨਹੀਂ ਸੀ, ਉਹਨੇ ਸੁਣੀ ਨਹੀਂ ਲੋਕਾਂ ਦੇ ਡਾਂਗਾਂ ਮਰਵਾਈਆਂ, ਹੋਰ ਕੁਛ ਕਰਾਇਆ, ਤਸ਼ੱਦਦ ਕਰਾਏ, ਹੈ ਨਾ, ਕਿੰਨੀਆਂ ਜਥੇਬੰਦੀਆਂ ਦੇ ਕੁੱਟ ਪੈਂਦੀ ਰਹੀ ਹੈ, ਇਹ ਕਹਿੰਦਾ ਵੀ ਮੈਂ ਉਹ ਕਹਾਉਣਾ
ਵੀ ਜੇ ਤੁਹਾਨੂੰ ਲੱਗਦਾ ਵੀ ਮੈਂ ਨਰਮ ਨੁਰਮ ਨਰਮ ਨਹੀਂ ਮੈਂ ਹੈਗਾ, ਮੈਂ ਉਦੋਂ ਜ਼ਿਆਦਾ ਜ਼ਬਰਦਸਤੀ ਨਾਲ ਪੇਸ਼ ਆਊਂ ਤੁਹਾਡੇ ਕੋਲ। ਇਹ ਜਿਹੜਾ ਤਰੀਕਾ ਹੋ ਰਿਹਾ, ਸ਼ੁਰੂ ਸ਼ੁਰੂ 'ਚ ਸਰਕਾਰ ਨੇ ਜਦੋਂ ਵੀ ਕਿਤੇ ਲੋਕਾਂ ਦੇ ਉੱਤੇ ਕੋਈ ਲਾਠੀਚਾਰਜ ਕੀਤਾ, ਕੋਈ ਡਾਂਗ ਭਰਾਈ ਆ, ਕੋਈ ਪਰਚੇ ਦਿੱਤੇ ਆ, ਜਦੋਂ ਲੋਕਾਂ ਨੇ ਇਕੱਠ ਕੀਤਾ ਉਹਦੇ ਪਿੱਛੇ ਹਟੇ ਆ। ਹੁਣ ਇਹ ਚਾਹੁੰਦਾ ਵੀ ਨਹੀਂ, ਇਹਨਾਂ ਨੇ ਇੱਕ ਚੀਜ਼ ਦੇਖ ਲਈ, ਮੇਰੀ ਗੱਲ ਸੁਣੋ, ਕੀ ਦੇਖਿਆ, ਕੰਪਨੀਆਂ ਮੰਗਾਈਆਂ, ਕਰਫਿਊ ਲਾਤਾ ਪੰਜਾਬ 'ਚ, ਨੈੱਟ ਬੰਦ ਕਰਤਾ, ਚੱਕ ਕੇ ਜਵਾਨੀ ਸਾਡੀ ਜੇਲ੍ਹਾਂ ਸਿੱਟਤੀ, ਲੋਕਾਂ ਨੂੰ ਡਰਾਏ ਘਰਾਂ 'ਚ ਬਾੜ ਲਿਆ। ਇਹਨਾਂ ਕਹਿੰਦਾ ਤਰੀਕਾ ਹੀ ਬਹੁਤ ਵਧੀਆ, ਲੋਕ ਤਾਂ ਬੋਲਦੇ ਹੀ ਨਹੀਂ ਕੁਛ। ਅੱਜ ਕਿੰਨਾ ਕੁ ਬੋਲੇ, ਉਦੋਂ ਕਿੰਨਾ ਕੁ ਬੋਲੇ ਲੋਕ ਸਾਡੇ, ਕੋਈ ਰੌਲਾ ਪਾਇਆ ਬੋਲਿਆ, ਕੀ ਕਸੂਰ ਸੀ ਬਾਈ ਪ੍ਰਧਾਨ ਮੰਤਰੀ ਬਾਜੇ ਕਾਲੇ ਵਰਗਿਆਂ ਦਾ ਵਿਚਾਰਿਆਂ ਦਾ, ਮਹਾਤਲ ਬੰਦੇ, ਉਹਨਾਂ ਦੇ ਵੀ NSA ਕਿੰਨੇ ਸਾਡੇ ਲੋਕ ਉੱਠੇ, ਡਰ ਗਏ ਨਾ। ਇਹ ਉਸੇ ਡਰ ਦੇ ਵਿੱਚ ਲੋਕਾਂ ਨੂੰ ਹੁਣ ਦਬਾ ਲਾਂਗੇ। ਮਕਸਦ ਇਹੀ ਆ ਵੀ ਜੇ ਉਹ ਸਾਡਾ ਪੈਂਤ ਦਾ ਕਾਮਯਾਬ ਹੋ ਗਿਆ ਤਾਂ ਪੈਂਤਲੇ ਸਾਡੇ ਆਹ ਵੀ ਕਾਮਯਾਬ ਨੇ। ਪਰ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ, ਜੋ ਮਰਜ਼ੀ ਹੋ ਜੇ ਇਹਨੂੰ 24 ਦਿਵਸ ਸਬਕ ਜ਼ਰੂਰ ਸਿਖਾਇਓ। ਤੁਸੀਂ ਸਿਰ 'ਤੇ ਬਿਠਾਇਆ, ਤੁਸੀਂ ਪੈਰਾਂ 'ਚ ਲਿਆਉਣਾ, ਕਿਉਂਕਿ ਇਹ ਆਪ ਕਹਿੰਦਾ ਰਿਹਾ ਕਿ ਲੋਕ ਨੇ, ਪਬਲਿਕ ਹੈ, ਇਹ ਜਦੋਂ ਚਾਹੇ ਫਰਸ਼ 'ਤੇ, ਜਦੋਂ ਚਾਹੇ ਅਰਸ਼ 'ਤੇ। ਸੋ ਹੁਣ ਇਹਨੂੰ ਤੁਸੀਂ ਉੱਪਰ ਲਗਾਏ ਆ, ਤੁਸੀਂ ਫੈਸਲਾ ਕਰਨਾ ਬਾਈ, ਅਸੀਂ ਐਲਾਨ ਆ। ਮੈਂ ਤੁਹਾਨੂੰ ਇੱਕ ਹੋਰ ਅਪੀਲ ਕਰਦਾ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ 'ਤੇ ਕੋਈ ਵੀ ਮੁਕੱਦਮਾ ਕੁਛ ਵੀ ਮੈਨੂੰ ਕਰਾਇਆ ਜਾ ਸਕਦਾ। ਅਸੀਂ ਚੋਣ ਲੜਾਂਗੇ, ਜੇਲ੍ਹਾਂ 'ਚ ਬੈਠੇ ਵੀ ਲੜਾਂਗੇ, ਅਸੀਂ ਇੱਕ ਫਰੰਟ ਬਣਾ ਕੇ ਪੂਰੇ ਪੰਜਾਬ 'ਚ ਲੜਾਂਗੇ। ਜੇ ਚਾਹੁੰਦੇ ਹੋ ਕਿ ਇਹ ਜ਼ੁਲਮ ਨੂੰ ਨੱਥ ਵੱਜੇ, ਇਹਨਾਂ ਨੂੰ ਕੋਈ ਮਾੜੀ ਮੋਟੀ ਸਾਡੇ ਪੰਜਾਬ ਦੀ ਜਵਾਨੀ ਨੂੰ ਰਾਹਤ ਮਿਲੇ, ਆਹ ਜਿਹੜਾ ਕੁਛ ਸ਼ਬਦ ਢਾਇਆ ਜਾ ਰਿਹਾ, ਕੁਚਲਿਆ ਜਾ ਰਿਹਾ, ਇਹਦੋ ਜੇ ਰਾਹਤ ਪਾਉਣੀ ਹੈ, ਸਾਡਾ ਬਾਈ ਇੱਕ ਠੋਕ ਕੇ ਸਾਥ ਦਿਓ। ਆਹ ਸੁੱਕੀ ਚਗਾਟ 'ਤੇ ਖੜ੍ਹੇ ਹਾਂ, ਨਾ ਕਦੇ ਪਰਮਾਤਮਾ ਚਾਹਵੇ, ਨਾ ਪਰਮਾਤਮਾ ਇਹ ਵਕਤ ਲਿਆਵੇ ਕਿ ਸਾਨੂੰ ਕਦੇ ਪੰਜਾਬ ਵੱਲ ਪਿੱਠ ਕਰਨੀ ਪੈ ਜੇ। ਹਮੇਸ਼ਾ ਪੰਜਾਬ ਨਾਲ ਵਫਾਦਾਰੀ ਨਿਭਾਵਾਂਗੇ, ਕਦੇ ਪੰਜਾਬ ਨਾਲ ਕੋਈ ਦਗਾ ਨਹੀਂ ਕਮਾਵਾਂਗੇ, ਚਾਹੇ ਜੋ ਮਰਜ਼ੀ ਜਿਹੜੀ ਮਰਜ਼ੀ ਕੀਮਤ ਚੁਕਾਉਣੀ ਪੈ ਜੇ। ਅੱਜ ਵੀ ਚੁਕਾ ਰਹੇ ਹਾਂ, ਅਸੀਂ ਕਹਿੰਦੇ ਕੋਈ ਗੱਲ ਨਹੀਂ ਭਾਂਸਿਆ, ਜੇ ਤੇਰਾ ਨਹੀਂ ਦਿਲ ਭਰਿਆ ਹਾਲੇ ਕੋਈ ਕਸਰ ਰਹੇਗੀ, ਚੁਕਾ ਜਿੰਨੇ ਬੰਦਿਆਂ ਨੂੰ ਚੁਕਾਉਣਾ, ਭਰਾ ਜਿੰਨੇ ਬੰਦਿਆਂ ਨੇ ਜੇਲ੍ਹਾਂ ਚੱਕ ਕੇ ਭਰਦਾ, ਲਾ ਜਿਹੜੇ ਹੋਰ ਪਰਚੇ ਪਾ ਕੇ ਤੂੰ ਜੋ ਕਟਾਉਣਾ ਦੇ ਚੱਦ ਚੈਨੀਆਂ ਖੋਣ ਦੇ ਪਰਚੇ, ਚਾਦਰ ਸਜਾਈਆਂ ਦੇ ਵਿੱਚ ਨੰਗੇ ਕਰਕੇ ਵੀਡੀਓ ਕੀ ਕੁਛ ਤੂੰ ਕਰ ਰਿਹਾ, ਕਰਾ ਲਾ ਜੋ ਆਈਆਂ ਮਨ ਆਈਆਂ ਕਰਦਾ। ਪਰ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਦਾ, ਨਫ਼ਰਤਾਂ ਦੀਆਂ ਕੰਧਾਂ ਇੰਨੀਆਂ ਉੱਚੀਆਂ ਨਾ ਕਰ ਕਿ ਆਪਦੇ ਵਾਰੀ ਕੰਧ ਇੰਨੀ ਉੱਚੀ ਹੋ ਜਾਓ ਟੱਪੀ ਨਾ ਜਾਵੇ। ਨਫ਼ਰਤ ਨੂੰ ਨਫ਼ਰਤ ਨਾਲ ਨਹੀਂ, ਨਫ਼ਰਤ ਨੂੰ ਪਿਆਰ ਨਾਲ ਜਿੱਤਿਆ ਜਾਂਦਾ। ਯਾਰ 92 ਬੰਦੇ ਤਾਂ ਕੇ ਤੈਨੂੰ ਆਹ ਕੰਮ ਲਈ ਨਹੀਂ ਭੇਜਿਆ ਸੀ ਕਿ ਤੂੰ ਸਾਰੀ ਜਵਾਨੀ ਨੂੰ ਕੁਚਲਣ 'ਤੇ ਲੱਗ ਜਾਏਗਾ। ਬਹੁਤ ਕੰਮ ਪਿਆ ਪੰਜਾਬ ਵਾਲੇ, ਇਹੀ ਕੰਮ ਰਹੇਗਾ ਤੇਰੇ ਕੋਲ ਵੀ ਆਵਾਜ਼ ਹੀ ਦੱਬਣੀ ਆ। ਹੁਣ ਤੁਸੀਂ ਅੱਜ ਅਸੀਂ ਦੇਖ ਲਓ ਬਹੁਤੇ ਚੈਨਲ ਜਿਹੜੇ ਇਹਨੇ ਦੱਬੇ ਹੋਏ ਆ, ਦਬਾਏ ਹੋਏ ਆਏ ਹੀ ਨਹੀਂ, ਬਹੁਤ ਥੋੜ੍ਹੇ ਆ ਜਿਹੜੇ ਅੱਜ। ਇਹਦਾ ਮੈਂ ਤੁਹਾਨੂੰ ਹੋਰ ਦੱਸਦਾ, ਇਹ ਤੁਹਾਡੀ ਵਾਰੀ ਵੀ ਸਭ ਦੀ ਆਉਣੀ ਹੈ। ਜਿਹੜੇ ਤੁਸੀਂ ਮੇਰੇ ਯਾਰ ਮੂਹਰੇ ਖੜ੍ਹੇ ਆ ਨਾ, ਚਲੋ ਸਾਡੀ ਤਾਂ ਆਉਣੀ ਆਉਣੀ, ਸਾਡਾ ਤਾਂ ਮੱਥਾ ਲੱਗਿਆ ਵਾ ਯਾਰ, ਅਸੀਂ ਤਾਂ ਲੜਾਂਗੇ ਬਾਈ, ਹੀਰਲੇ ਸਾਹ ਤੱਕ ਲੜਾਂਗੇ, ਕੋਈ ਗੱਲ ਨਹੀਂ, ਜੋ ਮਰਜ਼ੀ ਕਰਦਾ ਹੈ ਕਰਾਉਂਦਾ, ਚਾਹੇ ਮਰਵਾ ਦੇ। ਪਰ ਇਹ ਦੇਖਿਓ ਜਿਵੇਂ ਇਹ ਕਹਾਣੀ ਤੁਹਾਡੇ ਵੀ ਜਿੰਨੇ ਤੁਸੀਂ ਚੈਨਲ ਵਾਲੇ ਆ ਤੁਹਾਡੇ ਨਾਲ ਵੀ ਇਹ ਵਾਪਰਨੀ ਆ, ਇਹ ਹਾਲਾਤ ਬਣਨੇ ਆ। ਜੇ ਅੱਜ ਵੀ ਆਪਾਂ ਵੀ ਫਲਾਣੇ ਨਾਲ ਐਂ ਹੋ ਗਿਆ, ਫਲਾਣੇ ਨਾਲ ਐਂ ਹੋ ਗਿਆ, ਨਹੀਂ, ਜੇ ਇੰਨੀਆਂ ਆਵਾਜ਼ਾਂ ਪੰਜਾਬ 'ਚੋਂ ਲੱਖਾਂ ਆਵਾਜ਼ਾਂ ਉੱਠਣ, ਹਰ ਘਰ 'ਚੋਂ ਆਵਾਜ਼ ਉੱਠੇ, ਇਹਨਾਂ ਦੇ ਥਾਂ ਥਾਂ MLA ਆਉਂਦੇ ਆ, ਇਹਨਾਂ ਦੇ ਪਿੰਡ 'ਚ ਬੰਦੇ ਆ, ਘੇਰ ਕੇ ਸਵਾਲ ਪੁੱਛੋ। ਮੈਂ ਤੁਹਾਡਾ ਧੰਨਵਾਦ ਕਰਦਾ ਇੱਕ ਅੱਜ ਹੋਰ ਗੱਲ ਦਾ, ਰਾਜੂ ਆ ਮੁੰਡਾ ਸਾਧੂ ਵਾਲੇ ਤੋਂ, ਕੋਈ ਇੱਥੋਂ ਦਾ ਮੁੰਡਾ ਬੜਿੰਗ ਬੜਿੰਗ ਕਰਕੇ ਆ, ਕੋਈ ਇੱਥੋਂ ਜੋਤ ਬੜਿੰਗ, ਇੱਥੋਂ ਬਰਨਾਲੇ ਦਾ ਕੋਈ ਜ਼ਿਲ੍ਹਾ ਪ੍ਰਧਾਨ ਹੈ, ਇੱਕ ਮੁੰਡਾ ਹੋਰ ਹੈ, ਉਹ ਇਹਨਾਂ ਦੇ ਨਾ ਮਤਲਬ ਕਿ ਕੋਈ ਜ਼ਿਲ੍ਹੇ ਦਾ ਪ੍ਰਧਾਨ ਹੈ, ਕੋਈ ਸਰਕਲ ਦਾ ਪ੍ਰਧਾਨ ਹੈ, ਕੋਈ 12-13 ਤੋਂ ਪਾਰਟੀ ਨਾਲ ਜੁੜਿਆ ਹੋਇਆ, ਬਹੁਤ ਲੰਮਾ ਕੰਮ ਕੀਤਾ ਉਹਨਾਂ ਨੇ, ਉਹਨਾਂ ਨੇ ਵੀ ਲਾਹਨਤਾਂ ਪਾਈਆਂ ਇਸ ਕੰਮ 'ਤੇ। ਧੰਨਵਾਦ ਉਹਨਾਂ ਦਾ ਜਿਹੜੇ ਇਹਨਾਂ ਨਾਲ ਜੁੜੇ ਹੋਏ ਹੋਣ ਦੇ ਬਾਵਜੂਦ ਵੀ ਅੱਜ ਉਹਨਾਂ ਦੀ ਜ਼ਮੀਰ ਬਾਈ ਜਿਉਂਦੀ ਹੈ। ਸੋ ਇਹ ਜ਼ਮੀਰ ਜਿਉਂਦੀ ਰੱਖਿਓ, ਜਿਵੇਂ ਇਹਨਾਂ ਦੀ ਰਾਜਧਾਨੀ ਤੋਂ ਜੜ ਪੱਟੀ ਸੀ ਸੰਗਰੂਰੋਂ, ਅਤੇ ਐਂ ਜੜ ਪੂਰੇ ਪੰਜਾਬ 'ਚੋਂ ਪੱਟਣੀ ਆ। 24 ਆ ਗਿਆ ਮਹੀਨੇ, 2-2.5 ਰਹਿ ਗਏ, ਤਿਆਰ ਰਹੋ ਬਾਈ।
ਇੱਕ ਗੱਲ ਤੁਸੀਂ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਵਾਲੀ ਗੱਲ ਕੀਤੀ, ਤਾਂ ਤੁਹਾਨੂੰ ਲੱਗਦਾ ਵੀ ਜੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਹੋਣ ਲੱਗ ਗਿਆ ਜਾਂ ਉਹ ਤਾਂ ਇਸ ਮੁੱਖ ਮੰਤਰੀ ਨੂੰ ਬਦਲਣ ਦੀ ਗੱਲ ਬਾਕੀ 92 ਵਿਧਾਇਕ ਕਰਨਗੇ ਜਿਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਸੀ ਉਵੇਂ ਲਾਉਣਗੇ? 92 ਤੰਤ ਕਿੱਥੇ ਆ ਯਾਰ, 92 ਲੱਗਦਾ ਘੁੰਗਣੀਆਂ ਪਈਆਂ ਮੂੰਹ ਜਾਂ ਮੂੰਹ ਸਿਉਂਤੇ ਪਏ ਆ, ਬੁੱਲ ਕੋਈ ਬੋਲ ਰਿਹਾ ਕੋਈ ਤਾਂ ਬੋਲੋ ਯਾਰ, ਐਡੀ ਐਡਾ ਐਡੀ ਵੀ ਨਹੀਂ ਜ਼ਮੀਰ ਮਰੀ ਹੋਣੀ ਚਾਹੀਦੀ ਕਿ ਤੁਹਾਨੂੰ ਲੋਕਾਂ ਨੇ ਕੱਲ੍ਹ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਫਿਰ, ਅੱਜ ਤੁਸੀਂ ਘੱਟੋ ਕੋਈ ਬੰਦਾ ਬੋਲਿਆ? ਧੰਨਵਾਦ ਮੈਂ ਉਹਨਾਂ ਦਾ ਕੀਤਾ ਜਿਹੜੇ ਵਿਚਾਰੇ ਬੋਲੇ ਨੇ, ਉਹ ਕੋਈ ਛੋਟੇ ਮੋਟੇ ਅਹੁਦਿਆਂ ਦੇ ਬੰਦੇ, ਉਹ ਤਾਂ ਬੋਲ ਪਏ ਅਤੇ ਉਹਨਾਂ ਨੂੰ ਕੀ ਯਾਰ, ਉਹਨਾਂ ਨੂੰ ਤਾਂ ਆਇਆ ਵੀ ਚਲੋ ਜਿਹੜੇ 3 ਸਾਲ ਰਹਿ ਗਏ ਮੋਟਾ ਜਿਹੜਾ ਆਉਂਦਾ ਮਾਲ ਮੂਲ ਛੱਕ ਲਓ, ਪਤਾ ਹੀ ਹੈਗਾ ਹੁਣ ਲੋਕਾਂ ਨਾਲ ਕੀ ਕਰਨਾ ਲੋਕਾਂ ਨੇ ਜਿਹੜੇ ਰਾਹ 'ਤੇ ਤੁਰ ਪਿਆ, ਪਰ ਰਾਹ ਇਹ ਭਵੰਸਿਆਂ ਬਾਹਲੇ ਖਤਰਨਾਕ ਚੁਣ ਲਏ, ਚੰਗੇ ਨਹੀਂ ਹੁੰਦੇ। ਇਹ ਮਾਵਾਂ ਦੇਖ ਕਿਵੇਂ, ਇਹ ਮਾਵਾਂ ਦੀਆਂ ਬਾਸੀ ਸਨਲ ਹੈ, ਇਹ ਅਸੀਸ ਤਾਰ ਜਾਂਦੀ ਹੈ ਬਾਸੀ ਇਸ ਬੰਦੇ ਨੂੰ ਤਬਾਹ ਕਰ ਦਿੰਦੀ ਹੈ, ਪਰ 95 ਸਾਲ ਦੀ ਦਾਦੀ ਜਾਂ ਬਿਲਕਦੀ ਹੈ ਅਤੇ ਭੈਣ ਵਿਚਾਰੀ ਅੰਦਰ ਪਈ ਹੈ, ਬਲੱਡ ਘਟਿਆ ਪਿਆ, ਟੀਕੇ ਲੱਗੇ ਤਾਂ ਰੋਟੀ ਨਹੀਂ ਖਾਧੀ ਉਹਨੇ, ਉਹ ਇੱਕੋ ਗੱਲ ਕਹਿੰਦੇ ਮੈਨੂੰ ਭਾਂਦੇ ਨੂੰ ਮਿਲਾ ਦਿਓ, ਭਾਂਦੇ ਨੂੰ ਮਿਲਾ ਦਿਓ, ਅਸੀਂ ਭੈਣ ਨੂੰ ਬਥੇਰਾ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ, ਇਹ ਢੱਠਿਆਂ ਝੋਟਿਆਂ 'ਤੇ ਪੈਂਦੀਆਂ ਹੀ ਆ ਗਏ, ਕੋਈ ਗੱਲ ਨਹੀਂ, ਸਾਡੇ ਤਾਂ ਗੁਰੂਆਂ ਦਾ ਸਿਧਾਂਤ ਸਾਡਾ ਇਤਿਹਾਸ ਹੀ ਇਹ ਰਿਹਾ ਕਿ ਬਹੁਤ ਜ਼ੁਲਮ ਝੱਲੇ ਆ ਪਰ ਡੋਲੇ ਨਹੀਂ, ਸੋ ਪਰਮਾਤਮਾ ਅਤੇ ਵਾਹਿਗੁਰੂ 'ਤੇ ਓਟ ਆਸਰਾ ਰੱਖੋ, ਡੋਲਣ ਦੀ ਲੋੜ ਨਹੀਂ ਕੋਈ ਗੱਲ ਨਹੀਂ, ਜਬਰ ਜ਼ੁਲਮ ਨੂੰ ਕੋਈ ਗੱਲ ਨਹੀਂ, ਹਿੱਕਣ ਡਾ ਕੇ ਚੱਲ। ਸਵਾਲ ਹੈ ਬਾਈ, ਲਾਸਟ ਸਵਾਲ ਹੈ, ਇੱਕ ਗੱਲ ਤੁਸੀਂ ਕੀਤੀ ਹੈ ਜਿਵੇਂ ਭਗਵੰਤ ਮਾਨ ਦੇ ਉੱਤੇ ਤੁਸੀਂ ਲਗਾਤਾਰ ਇਲਜ਼ਾਮ ਲਾ ਰਹੇ ਹੋ ਵੀ ਭਗਵੰਤ ਮਾਨ ਨੇ ਸਾਰਾ ਕੁਝ ਕਰਵਾ ਰਿਹਾ, ਭਗਵੰਤ ਮਾਨ ਕਰਵਾ ਰਿਹਾ, ਪੁਲਿਸ ਨਾ, ਪੁਲਿਸ ਕਿਉਂ ਕਰੂਗੀ, ਪਿੱਛੇ ਸਟੇਟ ਸਰਕਾਰ ਖੜੀ ਹੈ ਤਾਂ ਹੀ ਹੁੰਦਾ, ਇਹ ਸਬੂਤ ਭਾਲਦੇ ਆ, ਸਬੂਤ ਤਾਂ ਮੈਂ ਉੱਥੇ ਸਟੇਜ 'ਤੇ ਹੀ ਬੋਲਿਆ ਸੀ ਵੀ ਜਿਹੜੇ ਸਾਡੇ ਹਜ਼ਾਰਾਂ ਮੁੰਡੇ ਝੂਠੇ ਮੁਕਾਬਲਿਆਂ 'ਚ ਮਾਰਤੇ, ਲਾਸ਼ਾਂ ਵੀ ਨਹੀਂ ਮਿਲੀਆਂ, ਉਹ ਸਬੂਤ ਕਿੱਥੇ ਹੈ? ਜੇ ਅੱਜ ਕੋਈ ਕਹੇ ਵੀ ਭਾਈ 25,000 ਲਾਸ਼ ਦਾ ਅੰਕੜਾ ਇਕੱਠਾ ਕੀਤਾ ਜਸਵੰਤ ਸਿੰਘ ਖਾਲੜੇ ਨੇ, ਲੋਕ ਕਹਿਣਗੇ ਸਬੂਤ ਦਿਓ, ਕਿੱਥੋਂ ਦੇਣਗੇ ਸਬੂਤ ਜਿਹੜੀਆਂ ਦਰਿਆਵਾਂ 'ਚ ਰੋੜਤੀਆਂ ਲਾਸ਼ਾਂ, ਨਹਿਰਾਂ 'ਚ ਰੋੜਤੀਆਂ, ਸਾੜਤੀਆਂ, ਫੂਕਤੀਆਂ, ਕੋਈ ਕਹੂਗਾ ਜਸਵੰਤ ਸਿੰਘ ਖਾਲੜੇ ਦਾ ਸਬੂਤ ਦਿਓ ਜਿਉਂਦਾ ਕਿ ਮਰਿਆ? ਐਂ ਨਹੀਂ ਪਤਾ, ਜਿਉਂਦੇ ਨੂੰ ਵਿਚਾਲੋਂ ਪਾੜ ਕੇ ਮਾਰਤਾ ਅਤੇ ਅੱਜ ਤੱਕ ਸਬੂਤ ਮਿਲਿਆ ਵੀ ਲਾਸ਼ ਵੀ ਨਹੀਂ ਮਿਲੀ, ਸੋ ਇਹ ਸਬੂਤ ਕੌਣ ਦੇਊਗਾ ਵੀ ਭਾਂਡੇ 'ਤੇ ਕੁੱਟਮਾਰ ਹੋ ਰਹੀ ਹੈ, ਭਾਂਡੇ ਨੂੰ ਨੰਗਾ ਕੁੱਟਿਆ ਜਾ ਰਿਹਾ, ਭਾਂਡੇ ਦੇ ਉੱਤੇ ਠੰਡਾ ਪਾਣੀ ਪਾਇਆ ਜਾ ਰਿਹਾ, ਭਾਂਡੇ ਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀ ਜਾ ਰਹੀ ਹੈ, ਇਹ ਸਬੂਤ ਕਿਹਦੇ ਕੋਲ ਹੋਣਗੇ? ਆਪਣੇ ਕੋਲ, ਤੇਰੇ ਕੋਲ, ਮੇਰੇ ਕੋਲ ਕਿ ਸਰਕਾਰਾਂ ਕੋਲ? ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਮੈਂ ਯਾਰ ਮੇਰੀ ਗੱਲ ਸੁਣੋ, ਸਿਆਸੀ ਲੜਾਈ ਆ, ਸਿਆਸੀ ਲੜਾਈ ਆ, ਅਸੀਂ ਸਵਾਲ ਪੁੱਛਦੇ ਹਾਂ, ਅਸੀਂ 1 ਤਰੀਕ ਨੂੰ ਭਗਵੰਤ ਨੂੰ ਲੁਧਿਆਣੇ ਸਵਾਲ ਪੁੱਛਣ ਵਾਲੇ ਮੈਨੂੰ ਘਰੇ ਘੇਰ ਲਿਆ, ਮੈਂ ਕਿੰਨੇ ਚਿਰ ਦਾ ਸਵਾਲ ਲਗਾਤਾਰ ਠਾ ਰਿਹਾ, ਅਸੀਂ ਮਿਲ ਕੇ ਵੀ ਆਏ ਭਗਵੰਤ ਨੂੰ, ਐਵੇਂ ਮੈਂ ਕਹਿ ਦਿੰਦਾ ਮੇਰਾ ਪੁਰਾਣਾ ਮਿੱਤਰ ਵੀ ਰਿਹਾ, 2 ਸਾਲ ਪੀਪਲ ਪਾਰਟੀ 'ਚ ਇਕੱਠਿਆਂ ਨੇ ਕੰਮ ਕੀਤਾ, ਸਾਰਿਆਂ ਨੂੰ ਉਮੀਦ ਸੀ ਯਾਰ ਕੁਛ ਚੰਗਾ ਕਰੂਗਾ ਬੰਦਾ, ਮੈਨੂੰ ਵੀ ਕਦੇ ਕਦੇ ਲੱਗਦਾ ਹੁੰਦਾ ਜਦੋਂ ਮੈਂ ਜਦੋਂ ਆਪਾਂ ਇਕੱਠੇ ਸੀ ਅਸੀਂ ਪੀਪਲ ਪਾਰਟੀ, ਜਦੋਂ ਗੱਲਾਂ ਚੱਲਦੀਆਂ ਹਮੇਸ਼ਾ ਇਹ ਬੰਦੇ ਦੇ ਯਾਰ ਇੱਕ ਦਿਲ 'ਚੋਂ ਦਰਦ ਨਿਕਲਦਾ ਸੀ, ਚਾਹੇ ਚੁਟਕਲਿਆਂ ਰਾਹੀਂ, ਕਹਾਣੀਆਂ ਰਾਹੀਂ, ਆਪਣੇ ਸਕਿੱਟਾਂ ਰਾਹੀਂ, ਗੀਤਾਂ ਰਾਹੀਂ, ਫਿਲਮਾਂ ਰਾਹੀਂ, ਇਹਨੇ ਹਮੇਸ਼ਾ ਸਿਸਟਮ 'ਤੇ ਚੋਟ ਕੀਤੀ ਆ, ਆਪਾਂ 40 ਸਾਲ ਦੇ ਸੁਣਦੇ ਆ ਰਹੇ ਹਾਂ, ਅੱਜ ਦੇ ਨਹੀਂ ਬਚਪਨ ਤੋਂ ਮੰਨ ਲਾ 30-35 ਸਾਲ ਤੋਂ ਸੁਣਦੇ ਆ ਰਹੇ ਹਾਂ ਵੀ ਯਾਰ ਇਹ ਬੰਦਾ ਕੁਲਫੀ ਗਰਮਾ ਗਰਮ ਲੈ ਕੇ ਆ ਗਿਆ, ਕਦੇ ਕਦੇ ਜੁਗਨੂੰ ਹਾਜ਼ਰ ਹੈ, ਲੋਕਾਂ ਨੂੰ ਲੱਗਦਾ ਕੁਛ ਕਰੂਗਾ ਯਾਰ, ਇੰਨਾ ਬਦਲ ਜਾਏਗਾ, 19-21 ਹੁੰਦਾ ਦੇਖਿਆ ਪਰ 19-91 ਹੋ ਜਾਏਗਾ, ਇਹ ਨਹੀਂ ਸੋਚਿਆ ਕਿਸੇ ਨੇ, ਜਿੰਨੀਆਂ ਵੀਡੀਓ ਅੱਜ ਇਹਨੇ 'ਚ ਕੱਢ ਕੇ ਚਲਾ ਲਓ, ਹਰ ਕੰਮ ਉਹਦੇ ਉਲਟ ਕਰ ਰਿਹਾ, VIP ਕਲਚਰ ਬੰਦ ਕਰਨ ਦੀ ਗੱਲ ਕਰਦਾ ਸੀ, ਕਿੰਨੇ ਕਿੰਨੇ ਗਨਮੈਨ ਲਈ ਫਿਰਦਾ, ਸਾਰੇ ਪਰਿਵਾਰ ਕੋਲ ਗਨਮੈਨ ਹੈ, ਸਭ ਤੋਂ ਵੱਧ ਘਰ ਹੈ, ਸਭ ਤੋਂ ਜ਼ਿਆਦਾ ਗੱਡੀਆਂ ਦਾ ਕਾਫਲਾ ਹੈ, ਇਹ ਫਲਾਣੇ ਦੀ ਫੋਟੋ ਟੈਂਕੀ ਦੇ, ਫਲਾਣੇ ਦੀ ਫੋਟੋ ਇੱਥੇ, ਫਲਾਣੇ ਦੀ ਇੱਥੇ, ਉਹ ਕਿਹੜੀ ਜਗ੍ਹਾ ਝੋਲੇ ਬੋਰੇ ਲਿਫਾਵੇ 'ਤੇ ਫੋਟੋ ਨਹੀਂ ਆਈ, ਕਈ ਅਰਬਾਂ ਰੁਪਈਆ ਤੂੰ ਜਹਾਜ਼ਾਂ 'ਤੇ ਫੂਕ ਰਿਹਾ, ਬਾਹਰਲੇ ਸੂਬਿਆਂ ਨੂੰ ਲਿਜਾ ਰਿਹਾ ਇੱਥੋਂ ਕੇਜਰੀਵਾਲ ਨੂੰ ਬਿਠਾ ਕੇ, ਰਾਘਵ ਚੱਡਿਆਂ ਦੇ ਵਿਆਹਾਂ ਦੇ ਉੱਤੇ ਤੂੰ ਅਰਬਾਂ ਰੁਪਈਆ 50-60 ਹਜ਼ਾਰ 'ਚ ਖਰਚ ਰਿਹਾ, ਨਸ਼ੇ ਨਾਲ ਜਵਾਨੀ ਮਰ ਰਹੀ ਹੈ, ਇਹ ਸਾਡੇ ਸਵਾਲ ਨੇ, ਇਹ ਮੇਰੇ ਸਵਾਲ ਨੇ, ਇਹ ਪੂਰੇ ਪੰਜਾਬ ਦੀਆਂ, ਮੈਂ ਜਾਣਾ ਪਿੰਡਾਂ 'ਚ ਪੈਰ ਫੜ ਕੇ ਥਲੀ ਪੈਰ ਫੜ ਕੇ ਮਾਵਾਂ ਰੋਂਦੀਆਂ, ਭੈਣਾਂ ਝੱਲੀਆਂ ਨਹੀਂ ਜਾਂਦੀਆਂ ਵੀ ਕੀ ਕਰਨੇ ਅਸੀਂ ਜਾਇਦਾਦਾਂ, ਕੀ ਕਰਨੇ ਘਰ, ਸਾਡੇ ਪੁੱਤ ਮਰੀ ਜਾਂਦੇ ਆ,
ਲੋੜ ਨਹੀਂ ਸਾਨੂੰ ਹਜ਼ਾਰ ਹਜ਼ਾਰ ਰੁਪਇਆ ਖਾਤਿਆਂ 'ਚ ਪਾਉਣ ਦੀ, ਸਾਡੇ ਪੁੱਤ ਬਚਾ ਦੇ, ਇਹ ਆਵਾਜ਼ ਆ ਪੰਜਾਬ ਦੀ ਮਾਵਾਂ ਦੀ। ਤੁਹਾਡੀ ਜਦੋਂ ਇੰਟਰਵਿਊ ਹੁੰਦੀ ਹੈ, ਤੁਹਾਡੇ ਇੰਟਰਵਿਊ ਥੱਲੇ ਜਿਹੜੇ ਤੁਹਾਡੇ ਵਿਰੋਧ ਕਰਨ ਵਾਲੇ ਆ, ਉਹ ਇਹ ਵੀ ਕਹਿੰਦੇ ਆ ਵੀ ਜਦੋਂ ਤੱਕ ਲੱਖਾ ਨਹੀਂ ਚੁੱਪ ਕਰਦਾ, ਕਹਿੰਦੇ ਲੱਖਾ ਭਗਵਾਨ 'ਤੇ ਉਹ ਕਰੀ ਜਾਂਦਾ, ਇਹਨਾਂ ਸਾਰਾ ਟੱਬਰੇ ਮਤਲਬ ਕਿ ਭਾਨੇ ਦਾ ਸਾਰਾ ਟੱਬਰ ਜੇਲ੍ਹ ਦੇ ਵਿੱਚ ਕਰ ਦਿੰਦਾ, ਆਪ ਲੱਖੇ ਨੂੰ ਕੁਛ ਹੁੰਦਾ। ਫਿਰ ਲੱਖੇ 'ਤੇ ਵੀ ਗੋਲੀ ਬਰਬਾਦ, ਠੀਕ ਆ, ਉਹਦੇ ਠਰਜੂ ਸੀਨਾ ਠੰਡਾ ਹੋ ਜਾਓਗੇ, ਠੰਡੇ ਸੀਤ ਹੋ ਜਾਓਗੇ, ਮਰਵਾ ਦਿਓ, ਰਹਿ ਕਿੰਨੇ ਲੱਖੇ ਹੀ ਰਹਿ ਗਏ, ਹੋਰ ਕਿੰਨੇ ਰਹਿ ਗਏ ਜਿਉਂਦੇ ਜੀ? ਅਸੀਂ ਨਾ ਦੀਪ ਨਾ ਖੜੇ, ਨਾ ਅਸੀਂ ਮੂਸੇਵਾਲ ਦੀ ਗੱਲ ਸੁਣੀ, ਨਾ ਅਸੀਂ ਜਿਹੜੇ ਡਿਬਰੂਗੜ੍ਹ ਗਏ ਉਹਨਾਂ ਦੀ ਗੱਲ ਸੁਣੀ, ਠੀਕ ਆ, ਉਦੋਂ ਸਾਰੇ ਇਹ ਸਟੇਟ ਨਾਲ ਰਲਿਆ ਹੋਇਆ, ਇਹ ਸਰਕਾਰ ਨਾਲ ਰਲਿਆ, ਏਜੰਸੀਆਂ ਨਾਲ ਰਲਿਆ। ਮੈਨੂੰ ਇਹ ਦੱਸੋ, ਜਿਉਂ ਸਰਕਾਰ ਬਣੀ ਹੈ, ਜਦੋਂ ਅਸੀਂ ਉਹਨੂੰ ਮਿਲ ਕੇ ਆਏ ਹਾਂ, 3 ਮਹੀਨੇ ਹੋਏ ਸਰਕਾਰ ਬਣੀ ਨੂੰ, ਉਦੋਂ ਆਉਣ ਸਾਰ ਸਾਨੂੰ ਲੱਗਿਆ ਵੀ ਕੁਛ ਕਰੂਗਾ, ਅਸੀਂ 6 ਮਹੀਨੇ ਚੁੱਪ ਰਹੇ। ਕਿਹੜਾ ਬੰਦਾ ਜਿਹੜਾ ਸਭ ਤੋਂ ਵੱਧ ਤੱਥਾਂ ਦੇ ਨਾਲ ਇਸ ਸਰਕਾਰ ਦੇ ਖਿਲਾਫ਼ ਬੋਲਿਆ, ਦੱਸੋ ਨਾ? ਅਤੇ ਮੇਰੇ ਦੇ ਚਿੱਟੇ ਦਾ ਪਰਚਾ ਹੋਇਆ ਸੀ ਤਰਨ ਤਾਰਨ ਹਰੀਕੇ ਪੱਤਣ, ਮੈਂ ਚਿੱਟਾ ਵੇਚਦਾ ਕੱਲ੍ਹ ਨੂੰ? ਅਸਲ ਕੀ ਕਾਰਨ ਕਿ ਨਥਲੀ ਬੰਦੇ ਦੀ ਕਿਰਦਾਰ ਕੁਛ ਹੀ ਕਰਨੀ ਹੈ, ਬਲਾਤਕਾਰ ਦਾ ਪਰਚਾ ਦੇ ਦਿਓ ਕਿ ਜਨਾਨੀ ਤਨਖਾਹ ਦਵਾਈ, ਕੱਲ੍ਹ ਨੂੰ ਮੰਨ ਲਾ ਭਾਨੇ 'ਤੇ ਕਿਸੇ 'ਤੇ ਵੀ ਕੋਈ ਜਨਾਨੀ ਤਨਖਾਹ ਦੇ ਰਹੀ, ਮੈਨੂੰ ਤਾਂ ਜੀ ਇਹਨੇ ਫੋਨ ਕਰਕੇ ਮੈਨੂੰ ਅਸ਼ਲੀਲ ਹਰਕਤਾਂ ਕੀਤੀਆਂ ਮੇਰੇ ਨਾਲ, ਜਾਂ ਮੇਰੀ ਬਾਂਹ ਫੜ ਲਈ ਕਿਤੇ ਆ ਕੇ, ਕੁਛ ਵੀ ਕਹਿ ਦੇਣ, ਕੱਲ੍ਹ ਨੂੰ 376 ਲੱਖ ਤੱਕ ਦੇਣਗੇ, ਜਾਂ ਹੁਣ ਚੈਨੀ ਖੋਣ ਦੀ ਗੱਲ, ਇਹ ਕਿਰਦਾਰਾਂ ਨੂੰ ਮਾਰਨ ਦੀ ਗੱਲ ਹੁੰਦੀ ਹੈ ਵੀ ਬੰਦੇ ਨੂੰ ਕਿਰਦਾਰ ਨੂੰ ਦਾਗੀ ਕਰ ਦਿਉ, ਪਰ ਲੋਕ ਸਮਝਦੇ ਆ ਕਿ ਇੰਨੇ ਸੌਖੇ ਨਹੀਂ ਕਿਰਦਾਰ ਮਰਨੇ ਜਿਵੇਂ ਮਾਰਨ ਦੀ ਕੋਸ਼ਿਸ਼ ਕਰ ਰਿਹਾ। ਪਰ ਮੈਂ ਵਾਰ ਵਾਰ ਕਹਿੰਦਾ ਪੰਸਿਆਂ, ਇਹ ਗੱਲ ਗਲਤ ਕਰ ਰਿਹਾ, ਬਹੁਤ ਗਲਤ ਕਰ ਰਿਹਾ, ਇਹ ਨਾ ਕਰ ਯਾਰ, ਇਹ ਨਹੀਂ ਚਾਹੀਦਾ। ਤੇਰੇ ਕੋਲ ਮੇਰੀ ਗੱਲ ਸੁਣ ਲਾ, ਸਾਡੇ ਸਵਾਲ ਆ ਜਵਾਬ ਦੇ ਦੇ, ਰੱਖ ਖੁੱਲ੍ਹੀ ਡਿਬੇਟ, ਕੋਈ ਆਪਣੇ ਯੂਟਿਊਬ 'ਤੇ ਪਾ ਦੇ, ਕੋਈ ਫੇਸਬੁੱਕ 'ਤੇ ਪੇਜ 'ਤੇ ਪਾ ਦੇ, ਪਾ। ਇਹੀ ਗੱਲ ਇੱਕ ਨੂੰ ਮੈਂ ਕਹੀ ਸੀਗੀ, ਮੈਂ ਸਾਡੇ ਸਵਾਲ ਹੈ, ਅਸੀਂ ਉਹ ਪੁੱਛਣ ਲੁਧਿਆਣੇ ਜਾਂਦੇ ਹਾਂ। ਹੁਣ ਜੇ ਭਾਈ ਲੋਕਾਂ ਨੂੰ ਕੋਈ ਮੇਰੇ 'ਤੇ ਆਇਆ ਵੀ ਇਹ ਹਲੇ ਕਿਉਂ ਬਚਿਆ ਫਿਰਦਾ, ਤਾਂ ਤੁਸੀਂ ਮੈਨੂੰ ਵੀ ਠੋਕ ਦਿਓ, ਫਿਰ ਮੈਨੂੰ ਵੀ ਅੰਦਰ ਭੇਜ ਦਿਓ, ਠੀਕ ਆ, ਫਿਰ ਤੁਹਾਡੇ ਥਰ ਜਾਣਗੇ ਸੀਨੇ ਵੀ, ਠੀਕ ਹੈ, ਇਹ ਵੀ ਠੀਕ ਆ, ਹੁਣ ਸਮਝ ਗਿਆ, ਆਹੀ ਚਾਹੁੰਦੇ ਹੋ, ਫਿਰ ਠੀਕ ਆ, ਜੇ ਐਂ ਚਾਹੁੰਦਾ ਤਾਂ ਤੁਹਾਡੀ ਮਰਜ਼ੀ ਆ। ਪਰ ਉਹ ਚਾਹੁੰਦਾ ਕੌਣ ਹੈ? ਇਹਦਾ IT ਸੈੱਲ, ਆਮ ਲੋਕ ਨਹੀਂ, ਜਾਂ ਆਮ ਲੋਕ ਚਾਹੁੰਦੇ ਹੋਣ ਨਾ ਵੀ ਮੇਰੇ ਵਰਗੇ ਮਰਨ ਜਾਂ ਜੇਲ੍ਹਾਂ ਜਾਣ, ਅਤੇ ਅੱਜ ਹਜ਼ਾਰਾਂ ਦੀ ਗਿਣਤੀ 'ਚ ਇੰਨੇ ਜਾਮ ਨਹੀਂ ਸੀ ਲੱਗਦੇ, ਇਕੱਠ ਨਹੀਂ ਸੀ ਹੁੰਦੇ, ਡਰਾਉਣ ਦੇ ਬਾਵਜੂਦ ਵੀ ਲੋਕ ਇੱਥੇ ਪਹੁੰਚੇ ਆ। 5 ਤਰੀਕ ਨੂੰ ਲੋਕ ਮੰਨ ਲਓ ਪਹੁੰਚ ਜਾਂਦੇ ਆ ਜੀ, ਅਕਸਰ ਦੇਖਿਆ ਜਾਂਦਾ ਜਦੋਂ ਅਜਿਹੇ ਇਕੱਠ ਹੁੰਦੇ ਆ ਤਾਂ ਲੱਖਾਂ ਸਧਾਣਾ ਨੂੰ ਨਜ਼ਰਬੰਦ ਕਰ ਲਿਆ ਜਾਂਦਾ ਜਾਂ ਹੋਰ ਆਗੂ ਨੂੰ ਨਜ਼ਰਬੰਦ ਕਰ ਲਿਆ, ਇਹ ਨਾ ਹੋਵੇ ਤੁਸੀਂ ਨਜ਼ਰਬੰਦ ਆਪਣੇ ਘਰਾਂ ਦੇ ਵਿੱਚ ਰਹਿ ਜਾਓ, ਡਾਂਗਾਂ ਲੋਕ ਖਾਣ ਜੀ। ਕੋਈ ਨਜ਼ਰਬੰਦ ਨਹੀਂ, ਨਾ ਨਜ਼ਰਬੰਦ ਅਸੀਂ ਹੋਣਾ, ਠੀਕ ਆ। ਹਾਂ, ਤੁਰਦੇ ਫਿਰਦੇ ਚੱਕ ਲਏ ਪੁਲਿਸ ਨੇ ਕਿਤੇ ਫੜ ਕੇ ਜੇਲ੍ਹ 'ਚ ਬੰਦ ਕਰਤੇ, ਅੱਡ ਗੱਲ ਆ, ਪਰ ਉਦੋਂ ਪਹਿਲਾਂ ਤਿਆਰ ਰਹੋ, ਇਹ ਨਾ ਹੋਵੇ ਚੱਕ ਕੇ ਹੁਣ ਭਾਨਾ ਸੁੱਟ ਲਿਆ, ਲੱਖਾਂ ਵੀ ਸੁੱਟ ਲਿਆ, ਅਤੇ ਆਪਾਂ ਨੂੰ ਕੀ ਲੋੜ ਆ ਘਰਾਂ 'ਚ ਵੜ ਜਾਓ, ਐਂ ਨਹੀਂ, ਠੀਕ ਆ। ਫਿਰ ਜੇ ਐਂ ਹੋਣਾ ਤਾਂ ਫਿਰ ਤੁਹਾਡੇ ਨਾਲ ਬਾਈ ਉਹ ਬੁਰਾ ਹਾਲ ਹੋਣਾ ਹੀ ਹੋਣਾ, ਮੈਂ ਵਾਰ ਵਾਰ ਕਹਿਣਾ, ਬਹੁਤ ਥੋੜ੍ਹੇ ਬਹੁਤ ਗਿਣਤੀ ਦੇ ਬੰਦੇ ਘੱਟ ਰਹਿ ਗਏ। ਸੁਖਪਾਲ ਸਿੰਘ ਖਰੇ ਨਾਲ ਕੀ ਹੋਇਆ? 4 ਮਹੀਨੇ ਬੰਦੇ ਨੇ ਅੰਦਰ ਬਿਨਾਂ ਗੱਲ ਤੋਂ ਲਵਾਏ ਯਾਰ, ਅੰਦਰ ਬੈਰਕ ਦੇ ਉੱਤੇ ਕੈਮਰਾ ਲਵਾਇਆ, ਕਦੋਂ ਖਹਿਰਾ ਟੱਟੀ ਜਾਂਦਾ, ਕਦੋਂ ਪਿਸ਼ਾਬ ਜਾਂਦਾ, ਸਿੱਧਾ ਪੈਂਦਾ, ਵਿੰਗਾ ਪੈਂਦਾ, ਟੇਢਾ ਪੈਂਦਾ, ਕੀ ਖਾਂਦਾ ਕੀ ਪੀਂਦਾ, ਹਰ ਗੱਲ 'ਤੇ ਨਜ਼ਰ ਯਾਰ। ਇਹ ਬਾਰੀ ਇਹ ਕਦੇ ਅੱਜ ਤੇਰੇ ਕੋਲ, ਕੱਲ੍ਹ ਨੂੰ ਕਿਹੜਾ ਹੋਰ ਸਮਾਂ ਆ ਗਿਆ? ਫਿਰ ਲੋਕ ਕਹਿੰਦੇ ਯਾਰ ਦੁਸ਼ਮਣੀਆਂ ਕੱਢਣ 'ਤੇ ਆ ਜਾਂਦੇ ਆ ਲੋਕ, ਅੱਕਿਆ ਹੋਇਆ ਬੰਦਾ ਕਰਦਾ ਬਾਈ, ਅੱਕਿਆ ਹੋਇਆ ਬੰਦਾ ਇਹ ਰਾਹ ਅਪਣਾਉਂਦਾ ਯਾਰ, ਨਹੀਂ ਚਾਹੀਦਾ ਇਹ। ਤੈਨੂੰ ਬਿਲਕੁਲ ਮੈਂ ਕਹਿੰਦਾ ਨਹੀਂ ਚਾਹੀਦਾ ਪੰਸਿਆਂ, ਛੱਡ ਗੱਲ ਛੱਡ, ਵਾਰ ਵਾਰ ਕਹਿਣਾ, ਸੁਣ, ਇਤਿਹਾਸ 'ਚ ਲਿਖਿਆ ਜਾਏਗਾ ਕਿ ਕਿਹੜਾ ਗਦਾਰ ਹੋਇਆ, ਕਿਹੜਾ ਵਫਾਦਾਰ ਹੋਇਆ, ਕਿਹੜੇ ਨੇ ਕੀ ਕੀਤਾ, ਪਹਿਲਾਂ ਲਿਖੇ ਨਹੀਂ ਗਏ? ਅੱਜ ਕੀ ਲੋਕਾਂ ਖੰਡ ਪਾਉਂਦੇ ਆ ਬਾਦਲਾਂ ਨੂੰ, ਕਾਂਗਰਸੀਆਂ ਨੂੰ, ਲਿਖੇ ਨਹੀਂ ਗਏ? ਇੱਥੇ ਸੁਖਬੀਰ ਸਿੰਘ ਕੋਲ ਵੀ ਲਾਲ ਡੈਰੀ ਲੱਗੀ ਹੁੰਦੀ, ਲਾਲ ਡੈਰੀ ਕਿ ਮੇਰਾ ਨਾਂ ਲਿਖ ਲਿਆ, ਫਲਾਣੇ ਦਾ ਲਿਖ ਲਿਆ, ਢਿਮਕਿਆ ਲਿਖ ਲਿਆ, ਲਿਖ ਲਿਆ ਨਾ, ਕਿੱਥੇ ਗਏ ਲਾਲ ਡੈਰੀ ਵਾਲੇ? ਅੱਜ
92 ਤਾਂ ਨਹੀਂ ਬੋਲ ਰਹੇ, ਘਰ ਦੇ ਪਰਿਵਾਰਕ ਮੈਂਬਰ ਕੋਈ ਸਲਾਹ ਦਿੰਦਾ ਹੋਊਗਾ ਵੀ ਨਾ ਇਹ ਆਪਣੇ ਹੀ ਆ ਪੁੱਤ? ਇਹ ਪਤਾ ਨਹੀਂ ਕੀ ਤੋਂ ਸਲਾਹ ਲੈਂਦਾ, ਕਿਹੜੇ ਸਲਾਹਕਾਰ ਨੇ ਪਤਾ ਹੀ ਨਹੀਂ ਹੈ, ਆਪਦੀ ਮਰਜ਼ੀ ਕਰਦਾ ਕਿ ਕਿਹਦੀ ਸਲਾਹ ਨਾਲ ਚੱਲਦਾ। ਇਹਦਾ ਉਹੀ ਗੱਲ ਆ ਗਈ ਨਾ ਜਿਵੇਂ ਮੈਂ ਪਹਿਲਾਂ ਕਿਹਾ ਵੀ ਜਦੋਂ ਇੱਕ ਵਾਰੀ ਇਹਨਾਂ ਨੂੰ ਇਹ ਲੱਗਿਆ ਵੀ ਨਹੀਂ ਲੋਕ ਤਾਂ ਦੱਬੇ ਜਾਣਗੇ ਡੰਡੇ ਨਾਲ, ਦੱਬੇ ਹੀ ਪਏ ਨੇ ਨਾ ਲੋਕ ਬੋਲਣ ਯਾਰ, ਉੱਠ ਕੇ ਕੋਈ ਬੰਦਾ ਖੜਨ ਨੂੰ ਉਵੇਂ ਤਰੀਕੇ ਨਾਲ ਤਿਆਰ ਨਹੀਂ ਹੋਇਆ ਪਹਿਲਾਂ, ਤਾਂ ਉਵੇਂ ਹੁਣ ਆਹ ਮੰਨ ਲਓ ਅੱਜ ਹੋਰ ਪਰਚਾ ਦਿੱਤਾ, ਕੀ ਰੋਜ਼ ਗਾਊਗਾ? ਕੀ 5 ਨੂੰ ਇੱਦੋਂ 10 ਗੁਣਾ ਜ਼ਿਆਦਾ ਇਕੱਠ ਹੋਊਗਾ? ਇਹ ਉੱਤੇ ਖੜੀ ਹੈ ਗੱਲ, ਅਤੇ ਖੜਾਉਣੀ ਪੈਣੀ ਆ। ਅੱਜ ਨਿਕਲਿਓ ਘਰਾਂ 'ਚੋਂ, ਕੱਲ੍ਹ ਨੂੰ ਨਿਕਲੋ, ਨਿਕਲਣਾ ਪੈਣਾ, ਨਿਕਲੇ ਬਿਨਾਂ ਗੁਜ਼ਾਰਾ ਹੋਣਾ ਨਹੀਂ ਬਾਈ, ਇਹ ਗੱਲ ਯਾਦ ਰੱਖਿਓ। ਪਰ ਮੈਂ ਗੱਲ ਤੁਹਾਨੂੰ ਹੋਰ ਕਹਿਣਾ ਚਾਹੁੰਦਾ, ਇਹ ਗੱਲ ਜਿਹੜੀ ਇਹ ਨੀਤੀ 'ਤੇ ਤੁਰਿਆ ਹੋਇਆ ਨਾ, ਇਹ ਤੁਰਿਆ ਹੋਇਆ ਉਸ ਨੀਤੀ ਦੇ ਉੱਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਭੜਕਾ ਕੇ ਜਵਾਨੀ ਨੂੰ ਗਲਤ ਰਾਹਾਂ 'ਤੇ ਪਾ ਕੇ ਅਤੇ ਉਹਨਾਂ ਦਾ ਸ਼ਿਕਾਰ ਖੇਡ ਗਈ, ਉੱਥੋਂ ਬਚਿਓ। ਕਿਸਾਨ ਬਹੁਤ ਕਰਾਇਆ ਪੰਜਾਬ ਨੇ, ਇਹ ਕੰਮ ਗਲਤੀ ਕੋਈ ਵੀ ਅਜੇ ਕਦਮ ਨਾ ਚੱਕਿਓ। ਪਰ ਇਹਨਾਂ ਦੀ ਰਣਨੀਤੀ, ਇਹਨਾਂ ਦੀ ਵਿਉਂਤਬੰਦੀ ਪੂਰੀ ਬਣੀ ਹੋਈ ਹੈ ਵੀ ਪੰਜਾਬ ਸ਼ਾਂਤ ਕਿਉਂ, ਅੱਗ ਕਿਉਂ ਨਹੀਂ ਲੱਗ ਰਹੀ? ਇਹ ਬਲਦੀ ਦੇ ਬੂਥੇ 'ਚ ਪੰਜਾਬ ਨੂੰ ਦੇਣਗੇ ਦੇਣਗੇ, ਦੇਣਾ ਚਾਹੁੰਦੇ ਆ। ਸਿਆਣਪ ਰੱਖਿਓ ਤਾਂ ਕਿ ਮੈਂ, ਅਸੀਂ ਇਕੱਲੇ ਇਕੱਲੇ ਮਾਵਾਂ ਦੇ ਪੁੱਤ ਆ ਯਾਰ, ਅਸੀਂ ਨਹੀਂ ਚਾਹੁੰਦੇ ਕੱਲ੍ਹ ਨੂੰ ਕਿਸੇ ਦਾ ਨੁਕਸਾਨ ਹੋਵੇ ਅਤੇ ਇਲਜ਼ਾਮ ਪਰ ਸਾਡੇ ਵਰਗੇ ਸਿਰ 'ਤੇ ਮੜ ਦਿੰਦੇ ਨੇ ਵੀ ਫਲਾਣੇ ਬੰਦੇ ਨੇ ਪੰਜਾਬ 'ਚ ਅੱਗ ਲਾਈ ਸੀ, ਫਲਾਣੇ ਨੇ ਐਂ ਕਿਹਾ ਸੀ। ਮੈਂ ਜਿੱਥੇ ਵੀ ਕਿਹਾ, ਜਿੱਥੇ ਵੀ ਗਿਆ, ਸ਼ਾਂਤਮਈ ਜਾਬਤੇ ਦੀ ਗੱਲ ਕੀਤੀ ਹੈ। ਜਾਬਤੇ 'ਚ ਰਹਿ ਕੇ ਸ਼ਾਂਤਮਈ ਤਰੀਕੇ ਦੇ ਨਾਲ ਤੁਸੀਂ ਆਪਣਾ, ਅੱਜ ਤੁਸੀਂ ਦੇਖੋ, ਅੱਜ ਭਾਂਦੇ ਨੂੰ ਪਟਿਆਲੇ ਲਿਆਏ, ਭਾਂਦੇ ਨੇ ਮਾੜੀ ਜੀ ਬਾਂਹ ਚੱਕੀ, ਇੱਥੋਂ ਐਂ ਬਾਂਹ ਦੱਬ ਲਈ ਤੋਂ ਸਿਰ ਦੱਬ ਲਿਆ, ਹੱਦ ਹੋ ਗਈ ਯਾਰ। ਅਤੇ ਜਿਹੜੇ ਦੂਜੇ ਨੇ ਗੈਂਗਸਟਰ ਬੈਠੇ ਜੇਲ੍ਹਾਂ 'ਚ, ਉਹਨਾਂ ਨਾਲ ਕਿਵੇਂ ਹੱਸਾ ਸਫੁੱਟਮਾ ਕਰਾਉਂਦੇ ਆ, ਕਿਵੇਂ ਉਹਨਾਂ ਨੂੰ ਉਹਨਾਂ ਨਾਲ। ਹੁਣ ਇਹ ਤੁਸੀਂ ਹੋਰ ਦੇਖੋ, ਇਹ ਵੀ ਨਹੀਂ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਅੰਦਰ ਬੈਠੇ ਬੰਦਿਆਂ ਨਾਲ ਨੁਕਸਾਨ ਕਰਾ ਦੇਣ, ਜਿਹੜੇ ਨਾ ਅੰਦਰਾਂ ਨਾ ਬਾਹਰ, ਜਿੱਥੇ ਵੀ ਮੰਨ ਲਾ ਹੁਣ ਮੰਨ ਲਓ ਭਾਨਾ ਕੇ ਜੇਲ੍ਹ ਛੱਡਿਆ ਜਾਂਦਾ, ਜਿਹੜੇ ਮਰਜ਼ੀ ਉੱਥੇ 4 ਬੰਦਿਆਂ ਨੂੰ ਕਹਿ ਕੇ ਜੋ ਮਰਜ਼ੀ ਅੰਦਰ ਬੰਦੇ ਨਾਲ ਨੁਕਸਾਨ ਮਰਵਾ ਸਕਦੇ ਨੇ, ਬਹੁਤ ਵੱਡੀ ਗੱਲ ਹੈ ਇਹ। ਜਾਂ ਕੋਈ ਚੀਜ਼ ਹੀ, ਕੋਈ ਇਹੋ ਜਿਹੀ ਕੋਈ ਜ਼ਹਿਰੀਲੀ ਚੀਜ਼ ਹੀ ਕਿਸੇ ਖਾਣੇ ਦਾਣੇ 'ਚ ਪਾ ਕੇ ਦੇਤੀ, ਅੱਗੇ ਕਿਹੜਾ ਬੰਦੇ ਮਰਵਾਏ ਨੇ ਜੇਲ੍ਹਾਂ 'ਚ ਇਹਨਾਂ ਨੇ। ਇਹ ਪੰਜਾਬ ਦੀ ਜਵਾਨੀ ਨਾ ਹੋਣ ਲੱਗ ਗਿਆ। ਹੁਣ ਤੁਸੀਂ ਸੋਚ ਲੈਣਾ ਪੰਜਾਬ ਦੇ ਲੋਕ ਵੀ ਐਂ ਘਾਣ ਕਰਾਉਣਾ, ਐਂ ਮਰਵਾਉਣੇ ਆਪਣੇ ਬੰਦੇ, ਘੁੱਟ ਕੇ ਲੜਨਾ। ਭਗਵੰਤ ਵਾਲਾ, ਤੁਹਾਨੂੰ ਇਹ ਤਾਂ ਨਹੀਂ ਕਿਤੇ ਲੱਗ ਰਿਹਾ? ਕਿਉਂਕਿ ਭਗਵੰਤ ਮਾਨ ਨੇ ਇੱਕ ਗੱਲ ਜ਼ੋਰ ਦੇ ਕੇ ਕਹੀ ਆ, ਮੈਨੂੰ ਉਹ ਕਹਿੰਦੇ ਫੋਨ ਆ ਰਹੇ ਲੋਕਾਂ ਦੇ, ਕਮੈਂਟ ਵੀ ਕਰ ਰਹੇ ਆ, ਵੀ ਇੱਕ ਗੱਲ ਦੇ ਤਾਂ ਬਾਕੀ ਛੱਡੋ, ਇੱਕ ਗੱਲ ਦੀ ਰਾਹਤ ਮਿਲ ਗਈ, ਝੂਠੇ ਪਰਚੇ ਪੈਣੇ ਤਾਂ ਬੰਦ ਹੋਏ ਘੱਟੋ ਘੱਟ। ਹਾਂ ਹਾਂ ਬਿਲਕੁਲ, ਆ ਹੁਣ ਸਾਰਾ ਤੁਹਾਡੇ ਸਾਹਮਣੇ ਆ, ਕਿਸੇ ਨੂੰ ਚੈਨੀ ਚੋਰ ਬਣਾ ਦਿਓ, ਕਿਸੇ ਨੂੰ ਫਰੋਤੀਆਂ ਮੰਗਣ ਵਾਲਾ ਬਣਾ ਦਿਓ, ਕਿਸੇ ਨੂੰ ਡਾਕੂ ਲਟੇਰਾ ਬਣਾ ਦਿਓ, ਇੰਨੇ ਯਾਰ ਘਟੀਆ। ਤੁਸੀਂ ਗੱਲ ਦੇਖੋ, ਵੀ ਜੇ 1000 ਏਜੰਟ ਆ ਤਾਂ ਇੱਕ 10,000 ਲੈ ਕੇ ਜਿਹੜੇ ਆ ਗਰੀਬ ਆਏ ਹੋਏ ਆ, ਜਿਹੜੇ ਕਹਿੰਦੇ ਵੀ ਸਾਡੇ ਲਈ ਭਾਨੇ ਨਾ ਇਹ ਕੀਤਾ ਇਹ ਕੀਤਾ, ਕਿਤੇ ਉਹਨਾਂ ਏਜੰਟਾਂ ਤੋਂ ਪੈਸੇ ਲੈ ਕੇ ਇਹਨਾਂ ਦਾ ਭਲਾ ਕਰੀ ਜਾਂਦੇ ਹੋ, ਇਸ ਤਰ੍ਹਾਂ ਦਾ ਤਾਂ ਨਹੀਂ ਗਾ? 10,000 ਰੁਪਇਆ ਲੂ ਫਿਰ, 10,000 ਨਾਲ ਕਿੰਨੇ ਕਿਹੜਾ ਫਲਾ ਹੋਜੂ? ਕੋਈ ਗੱਲ, ਇਲਜ਼ਾਮ ਤਾਂ ਘੱਟੋ ਘੱਟ ਲਾ 10 ਲੱਖ ਦਾ ਤਾਂ ਲਾ ਦਿੰਦੇ ਯਾਰ, 10,000 ਰੁਪਏ ਦੀ ਚਾਹ ਪਿਆ ਆਉਂਦਾ ਹੁਣ ਉਹ ਆਪਦਾ, ਉਹਨੂੰ ਕਹਿੰਦੇ ਕਮਾਈ ਕਿੱਥੋਂ ਹੈ? ਯੂਟਿਊਬ ਚੈਨਲ ਆ ਉਹਦਾ, ਫੇਸਬੁੱਕ ਪੇਜ ਆ ਉਹਦਾ, ਪੈਲੀ ਵੀ ਹੈਗੀ ਵਧੀਆ ਉਹਦੇ ਕੋਲ, ਮਤਲਬ ਕਿ ਆਪਦੇ ਖਾਣ ਜੋਗਰੀ। ਹੋਰ ਭਾਨਾ ਮਲੰਗ ਤੁਰਿਆ ਫਿਰਦਾ ਸੀਗਾ ਯਾਰ, ਵੀ 10,000 ਰੁਪਏ ਕਿਸੇ ਤੋਂ ਮੰਗ ਲਿਆ ਹੋਣਾ। ਤੁਸੀਂ ਇਹ ਦੇਖੋ, ਗੁਰਦੀਪ ਜੁਝਾਰ ਵਾਲਾ 10,000 ਕਰੋੜ ਦਾ ਮਾਲਕ ਹੈ ਲੁਧਿਆਣੇ ਵਾਲਾ, ਉਹਦੇ ਪਰਚਾ ਕੀ ਦਿੱਤਾ? ਚੈਨੀ ਚੋਰੀ ਦਾ। 10,000 ਕਰੋੜ ਦਾ ਮਾਲਕ ਬੰਦਾ ਕੋਈ 50,000 ਦੀ ਚੈਨੀ ਖੋਊਗਾ? ਜਦ ਕਹਾਣੀ ਦੇਖੋ ਕਿੱਧਰ ਨੂੰ ਜਾ ਰਹੀ ਹੈ ਯਾਰ। ਸੋ ਰੱਬ ਦਾ ਖੌਫ ਖਾ ਭਗਵੰਤ, ਰੱਬ ਦਾ ਖੌਫ ਖਾ, ਉਹ ਪਰਮਾਤਮਾ ਦੇ ਘਰੇ ਦੇਰ ਜ਼ਰੂਰ ਹੈ,
ਨੇਰ ਨਹੀਂ, ਇਨਸਾਫ ਚੰਗੇ ਦਾ ਵੀ ਮਾੜੇ ਦਾ ਵੀ ਪਰਮਾਤਮਾ ਕਰਦਾ। ਇਹ ਕੰਮ ਗਲਤ ਨਾ ਕਰ, ਗਲਤ ਲੀਹਾਂ 'ਤੇ ਪੰਜਾਬ ਦੀ ਜਵਾਨੀ ਨਾ ਤੋਰ। ਆਹ ਡਰੋਂ ਮੈਂ ਇੰਨਾ ਜ਼ੋਰ ਲਾਉਣਾ ਥੱਲੀ ਪੰਜਾਬ ਦੀ ਜਵਾਨੀ ਨੂੰ, ਉਹ ਬਾਹਰ ਨਾ ਜਾਓ, ਇਹ ਬਾਹਰ ਨਾ ਜਾਓ, ਇਹ ਪੰਜਾਬ ਸਾਂਭ ਲਓ, ਇਹ ਪੰਜਾਬ ਖਾਲੀ ਹੋ ਚੱਲਿਆ। ਜੇ ਆਹ ਡਰ ਪੈ ਗਿਆ ਜਵਾਨੀ ਦੇ ਅੰਦਰ, ਇੱਥੇ ਰਹੂ ਕੌਣ ਯਾਰ? ਇਹ ਕਹਿੰਦਾ ਗੋਰੇ ਨੌਕਰੀਆਂ ਕਰਨ ਆਉਣਗੇ, ਉਹ ਮੈਂ ਕਹਿੰਦਾ ਸਾਡੇ ਨਹੀਂ ਰਹਿਣੇ ਇੱਥੇ ਯਾਰ। ਅਗਲਾ ਕਹਿੰਦਾ ਇੱਥੇ ਤਾਂ ਆਹ ਕੁਛ ਹੁੰਦਾ।